ਜੀ ਸਿੰਘ ਜੀ, ਕਿਹੜਾ ਪਿੰਡ ਹੈ ਤੁਹਾਡਾ? ਜਜਿਆ ਪਿੰਡ ਦਾ ਸਾਡਾ ਜੰਡਿਆਲਾ ਸੀ, ਹੁਣ ਸਾਡਾ ਪਿੰਡ ਇੱਥੇ ਰਹਿੰਦੇ ਤਨੂਲੀ ਆ। ਤਨੂਲੀ ਰਹਿੰਦੇ ਹਾਂ। ਹਾਂਜੀ। ਜੰਡਿਆਲੇ ਤੋਂ ਤੁਸੀਂ ਆਪਣੇ ਫਿਰ ਨਾਨਕਿਆਂ ਦੇ ਆ ਗਏ ਸੀ? ਨਾਨਕਿਆਂ ਦੇ। ਇਹ ਕਦੋਂ ਦੀ ਗੱਲ ਹੈ ਜੀ ਜਦੋਂ ਤੁਸੀਂ ਆਏ ਇੱਥੇ? ਅਸੀਂ ਤਾਂ ਨਿਕਲ ਗਏ ਸੀਗੇ ਜਦੋਂ ਆਏ ਹਾਂ, ਇੱਥੇ ਫਿਰ ਤਕੜੇ ਹੋਏ ਹਾਂ। ਅਤੇ ਰੌਲਿਆਂ ਤੋਂ ਪਹਿਲਾਂ ਦੀਆਂ ਗੱਲਾਂ? ਜਾਂਦੇ ਰਹੇ ਹਾਂ ਅਸੀਂ ਉਦੋਂ ਛੋਟੇ ਛੋਟੇ ਨਾਲ, ਆਪਣੀ ਮਾਈ ਦੇ ਜੀ ਜੀ ਬਾਪ ਵੀ ਸਾਡੇ, ਅਸੀਂ ਦੇਖਿਆ ਸਾਡੇ ਸੋਟ 'ਚ ਮਰਿਆ। ਅਤੇ ਫਿਰ ਬਾਅਦ ਦੇ ਵਿੱਚ 17 ਕੁ ਸਾਲ ਦੀ ਉਮਰ ਹੋਊਗੀ ਜਦੋਂ ਮੈਂ ਆਪਣੇ ਸਤਸੰਗ ਸੀ ਕਿ ਮੁਸਲਮਾਨਾਂ ਦਾ ਰੌਲਾ ਪਿਆ ਸਤਸੰਗ ਪ੍ਰਣਾਲੀ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਹਾਂਜੀ। ਉਹਨਾਂ ਦਿਨਾਂ ਦੇ ਵਿੱਚ ਦੱਸੋ ਜੀ ਫਿਰ ਕੀ ਦੇਖਿਆ ਤੁਸੀਂ? ਅਸੀਂ ਆਹ ਰੌਲਾ ਜਦੋਂ ਮੁਸਲਮਾਨ ਦਾ ਪਿਆ ਨਾ ਜੀ, ਜੀ ਉਦੋਂ ਸਾਡੇ ਖਨੌੜੇ ਮੁਸਲਮਾਨ ਜ਼ਿਆਦਾ ਸੀਗੇ, ਉਹਨੀ ਇਕੱਠ ਮੱਠ ਉਹਨਾਂ ਦਾ ਹੀ ਬੜਾ ਹੋਇਆ ਸੀ, ਇੱਧਰ ਪਿੰਡਾਂ ਦਾ ਹੀ ਬੜਾ ਇਕੱਠ ਮੱਠ ਹੋਇਆ ਸੀ। ਠੀਕ। ਜਿਹੜੇ ਅਸੀਂ ਲੀਡਰ ਸੀ ਉਹ ਤਾਂ ਨਿਕਲ ਗਏ ਪਹਿਲਾਂ ਹੀ, ਜਿੱਦਾਂ ਹੁਣ ਲੀਡਰ ਹੈ ਤਾਂ ਨਿਕਲ ਗਏ, ਜਿਹੜੇ ਪਿੰਡਾਂ ਦੇ ਲੋਕ ਹੋ ਰਹਿ ਗਏ ਮਰੇ ਤਾਂ ਉਹੀ ਆ, ਉਹੀ ਮਰਿਆ ਨਹੀਂ ਉਹਨਾਂ ਦਾ ਵਿਗਾੜ ਪਿਆ, ਜਿਹੜੇ ਬਦਮਾਸ਼ ਲੋਕ ਉਹ ਪਹਿਲਾਂ ਆਪਣੇ ਡਿਵੇ ਜਾ ਬੜੇ। ਬਿਲਕੁਲ। ਸਾਡੇ ਜੱਟਾਂ ਦਾ ਪਿਆਰ ਸੀ ਇੱਕ ਦੂਜੇ ਨਾਲ ਪਿੰਡਾਂ 'ਚ, ਅਤੇ ਪਿਆਰ ਸਿਘਾਰ ਆਉਂਦੇ ਜਾਂਦੇ ਸੀਗੇ ਮੁਸਲਮਾਨ ਵੀ, ਅਸੀਂ ਮੁਸਲਮਾਨਾਂ ਨੂੰ ਸਾਰਿਆਂ ਨੂੰ ਜਾਣਦੇ ਸੀਗੇ ਸਾਡੇ ਨੇੜੇ ਨੇੜੇ ਸੀਗੇ, ਉਹ ਫਿਰ ਹਾਣਾ ਖਨੌੜਾ ਨੇੜੇ ਗਿਆ ਇੱਥੋਂ ਨੇੜੇ, ਬੰਦੇ ਫੌਜੀ ਸੀਗੇ ਉਹਨੇ ਫੈਸਲਾ ਫੁਸਲਾ ਪਹਿਲਾਂ ਲੈ ਆਉਂਦਾ, ਕਹਿੰਦਾ ਲੜਾਈ ਲੜੂਈ ਹੋਣੀ ਆ, ਇੱਥੇ ਫਿਰ ਲੜਾਈ ਵੀ ਹੋਈ ਮੁਸਲਮਾਨਾਂ ਨਾਲ, ਕਾਫੀ ਲੜਾਈ ਹੋਈ, ਕਹਿੰਦੇ ਲੜਾਈ ਬਹੁਤ ਹੋਈ ਹੈ ਜਿਸ ਵੇਲੇ ਰੌਲਾ ਪਿਆ ਨਾ, ਹਾਲੇ ਲੜਾਈ ਹੋਈ ਇਹ ਤਕਰੀਬਨ ਲੋਢੇ ਕੇ ਥੋੜ੍ਹੇ ਜਿਹੇ ਦਿਨ ਨਾਲ, ਜੀ ਜੀ ਥੋੜ੍ਹੇ ਜਿਹੇ ਦਿਨ ਨਾਲ ਹੋਈ, ਉਹਨੇ ਆ ਕੇ ਕੀ ਕੀਤਾ? ਤੁਸੀਂ ਗਏ ਸੀਗੇ? ਨਹੀਂ, ਅਸੀਂ ਸਾਡੇ ਹੋਲੇ ਸੀ, 17 ਕੁ ਸਾਲ ਦੇ ਸੀ, ਇੱਥੇ ਅਸੀਂ ਗਏ ਮੋਨੇ। ਅੱਛਾ ਅੱਛਾ। ਅਤੇ 17 ਕੁ ਸਾਲ ਦੇ ਉਦਾਂ ਹੁੰਦੜ ਹੇਰ ਸੀ, ਤਕੜੇ ਸੀ ਅਸੀਂ, ਜੀ 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 17 ਸਾਲ ਦਾ ਵੀ ਮੁੰਡਾ ਜਿਹੜਾ ਹੁੰਦੜ ਹੇਰ ਉਹਦਾ ਹੋ ਜਾਂਦਾ, ਹੁਣ ਦੇ ਘਸੂ ਜਿਹਾ ਰਹਿੰਦੇ ਬਾਰੀ ਬਾਰੀ ਤਕੜੇ ਹੋ ਜਾਂਦੇ ਆ, ਪੁਰਾਣੇ ਤਕੜੇ ਸੀ, ਖਾਣ ਪੀਣ ਨੂੰ ਵੀ ਚੰਗਾ ਸੀਗਾ, ਬਿਲਕੁਲ ਲਵੇਰਾ ਰੱਖਣਾ ਹੋਰ ਕੋਈ ਐਬ ਨਹੀਂ ਸੀ। ਹੁਣ ਪੜ੍ਹਾਈਆਂ ਨੇ ਵੀ ਲੈ ਲਿਆ। ਹਾਂਜੀ, ਪੜ੍ਹਾਈਆਂ ਦਾ ਨਿਕਲ ਨਿਕਲੇ ਮੁੰਡਿਆਂ ਦੇ ਮਾਲ ਚੱਕ ਤਾਂ ਬਖਸ਼ੇ ਨਹੀਂ ਹੁੰਦੇ ਜਿਹੜੇ ਲਈ ਫਿਰਦੇ ਆ। ਸਹੀ ਗੱਲ ਹੈ, ਸਹੀ ਗੱਲ। ਅਤੇ ਅਸੀਂ ਤਾਂ ਤਕੜੇ ਸੀਗੇ ਬਹੁਤ, ਲੜਾਈ ਜਿਹਦੇ ਖਨੌੜੇ ਹੋਈ ਨਾ ਉਸ ਵੇਲੇ ਥੋੜ੍ਹੇ ਜਿਹੇ ਦਿਨ ਨਾਲ ਉਹਨੇ ਆ ਕੇ ਨਾ ਇਹਨੀ ਜਾ ਕੇ ਉਹਨਾਂ ਦੇ ਕੁੱਪਾਂ ਨੂੰ ਅੱਗ ਲਾ ਦਿੱਤੀ, ਨੇੜੇ ਸੀ ਖਨੌੜਾ, ਜਿਹੜੇ ਬਾਹਰ ਕੁੱਪ ਸੀਗੇ ਖੇਤਾਂ ਖੁੱਤਾਂ 'ਚ ਬੰਨੇ, ਉਹ ਵੀ ਫਿਰ ਇਕੱਠੇ ਹੋ ਕੇ ਆ ਗਏ। ਉਹ ਫੌਜੀ ਸੀਗੇ, ਉਹਨਾਂ ਨੂੰ ਫੌਂ ਲੜਨ ਦੀ ਸਕੀਮ ਸੀਗੀ ਥੋੜ੍ਹੀ ਜਿਹੀ, ਹੁਣ ਜਿਹੜੇ ਅਸਲੇ ਵਾਲੇ ਬੰਦੇ ਸੀ ਉਹ ਇਹਦਾ ਸਾਈਡ 'ਤੇ ਬਹਾਲ 'ਤੇ, ਵੀ ਤੁਸੀਂ ਪਹਿਲਾਂ ਇਹਨਾਂ ਦਾ ਜਿਹੜਾ ਕੋਈ ਆਉਂਦਾ ਵੱਧ ਕੇ ਉਹਨੂੰ ਉੱਦਾਂ ਮਾਰੋ ਗੋਲੀ ਨਾਲ। ਉਹਨਾਂ ਕੌਸਲਾ ਵੀ ਚੰਗਾ ਸੀ, ਲੈ ਆਉਂਦਾ ਸੀ ਉਹਨੇ ਪਹਿਲਾਂ ਹੀ, ਜਦੋਂ ਲੜਾਈ ਹੋਣ ਲੱਗੀ ਜਦੋਂ ਗੋਲੀ ਗੋਲੀ ਚੱਲੀ ਅਤੇ ਉਹ ਪਏ ਫਿਰ ਇਕੱਠੇ ਹੋ ਕੇ, ਇਹ ਫਿਰ ਭੱਜ ਤੁਰੇ, ਜਿਹਦੇ ਭੱਜ ਤੁਰੇ ਬੰਦਾ ਤਾਂ ਫਿਰ ਜ਼ਿਆਦਾ ਮਾਫੜੇ, ਇਹ ਪਿੰਡ ਆ ਕੇ ਤਾਂ ਪਿੰਡ ਨਹੀਂ ਉਹ ਬੜੇ, ਉਹ ਫਿਰ ਮੁੜ ਗਿਆ ਪਿਛਾਂ ਅਤੇ ਲੜਾਈ ਬੰਦ ਹੋ ਗਈ। ਸਵੇਰਾ ਹਾਲੇ ਅਸੀਂ ਆ ਪੱਠੇ ਪਾਉਂਦੇ ਹੁੰਦੇ, ਸਾਡੇ ਇੱਥੇ ਪਸ਼ੂ ਸੀਗੇ, ਉਦੋਂ ਪਿੱਛੇ ਇੱਥੇ ਰਹਿੰਦੇ ਹੁੰਦੇ ਸੀ, ਉਦੋਂ ਛੰਨਾ ਬੰਨੀਆਂ ਅਸੀਂ, ਹੁਣ ਤਾਂ ਮਕਾਨ ਬਣਾ ਲਏ ਹੋਏ ਆ। ਅਤੇ ਉਹ ਫਿਰ ਇਸ ਸਾਲ ਦੇ ਵਿੱਚ ਹੀ ਐਂ ਬਾਹਰ ਬਾਹਰ ਲੰਘੇ, ਪਿੰਡ 'ਚ ਨਹੀਂ ਲੜਦੇ ਬੜੇ, ਉਦੋਂ ਸਾਡੇ ਪਿੰਡ ਦਾ ਤਾਂ ਕਿਸੇ ਨੂੰ ਮਾਰਿਆ ਨਹੀਂ ਮੁਸਲਮਾਨ ਨੂੰ, ਨਾ ਕਿਹਾ ਹੀ ਕੁਛ। ਕੌਣ ਲੰਘੇ? ਮੁਸਲਮਾਨ? ਮੁਸਲਮਾਨਾਂ ਦਾ ਬੀਬੀ ਦੀ ਪੰਡੋਰੀ ਗਏ ਹੋਣੇ? ਬੀਬੀ ਦੀ ਪੰਡੋਰੀ ਕਾਫਲਾ ਉਸ ਕੈਂਪ ਲੱਗਾ ਸੀ, ਸਾਡੇ ਇੱਥੋਂ ਦੀ ਕੋਲ ਦੀ ਲੰਘੇ ਉਹ, ਜਿਹਦੇ ਕੋਲ ਦੀ ਲੰਘੇ ਤਾਂ ਜਿਹੜਾ ਬੁੜੀਆਂ ਸੀਗੀਆਂ ਉਹ ਇੱਕ ਬੰਦਾ ਸੀ ਉਹਨਾਂ ਦੇ ਨਾਲ, ਦੋ ਬਸ ਬਸ, ਬਾਕੀ ਉਹ ਬੁੜੀਆਂ ਸਾਰੀਆਂ ਉਹਨੀ ਇਸ, ਬਾਕੀ ਸੜ ਕੇ ਲੰਘੇ ਉਹ, ਸੜ ਕੇ ਲੰਘ ਕੇ ਤਾਂ ਉਹ ਗਾਹਾਂ ਮਣਾਈਆਂ ਤੋਂ ਮੁੜੇ ਹਨ, ਮਣਾਈਆਂ ਵਾਲਿਆਂ ਦਾ ਕੁਛ ਮਾਲ ਮੂਲ ਉਹਨਾਂ ਦਾ ਖੋਇਆ ਵੀ। ਸਾਡੇ ਪਿੰਡ ਨਹੀਂ ਗਏ, ਸਾਡੇ ਪਿੰਡ ਵੀ ਇੱਥੋਂ ਦੇ ਵਿੱਚ ਵੀ ਮੁਸਲਮਾਨ ਗਿਆ, ਉਹਨੂੰ ਕੁਛ ਨਹੀਂ ਕਿਹਾ, ਸਾਡੇ ਪਿੰਡ ਦਾ ਕੱਖ ਨਹੀਂ ਕਿਹਾ। ਬਿਲਕੁਲ ਬਿਲਕੁਲ। ਅਤੇ ਉਹ ਫਿਰ ਜਿਹੜੇ ਬੁੜੀਆਂ ਦਾ ਕਾਫਲਾ ਲੰਘਿਆ ਉਹਨਾਂ ਨੂੰ ਪਤਾ ਸੀ ਵੀ ਪਿੰਡ ਇਹ ਸ਼ਰੀਫ ਹੈ, ਇਹਨੇ ਨਹੀਂ ਕੁਛ ਵੀ ਕਹਿਣਾ, ਉਹ ਮਿਲਣ ਵਾਰ ਤੁਸੀਂ ਸਾਰਿਆਂ ਨਾਲ, ਉਹ ਫਿਰ ਬੁੜੀਆਂ ਦਾ ਚੰਗਾ ਦੇਖਦਾ ਵੀ ਪਿੰਡ ਦੇ ਵਿੱਚ ਬੁੜੀਆਂ ਹੁੰਦੀਆਂ, ਲਾਲਾ ਲੱਗਾ ਸੀ ਤਾਂ ਦੋ ਬੰਦੇ ਸੀ ਨਾਲ, ਉਹ ਮੂਹਰੇ ਮੂਹਰੇ ਜਾਂਦੇ ਸੀ, ਇੱਥੋਂ ਗਏ ਉਹ ਕਿੰਨੇ, ਉਹਨਾਂ ਨੂੰ ਕੁਛ ਨਹੀਂ ਕਿਹਾ, ਉਹ ਨਾਲ ਨਾਲ ਸਾਡੇ ਵਸੀਵੇਂ ਦੇ ਵਸੀਵਾਂ ਪ੍ਰੋਵੀਜ਼ਰ ਲੱਗ ਜਾਂਦਾ ਜੀ, ਉਹ ਫਿਰ ਉਸ ਰਾਹੇ ਪੈ ਗਿਆ। ਅਤੇ ਉਹ ਫਿਰ ਉੱਥੇ ਕੈਂਪ ਜਾ ਵੜੇ, ਫਿਰ ਕੈਂਪ ਦੇ ਵਿੱਚ ਕਈ ਦਿਨ ਕੈਂਪ ਰਿਹਾ, ਉਹ ਜਿਹੜੇ ਬੰਦੇ ਜਾਣਦੇ ਸੀ ਉਹਨਾਂ ਤੋਂ ਲੋਕ ਸਮਾਨ ਵੀ ਇੱਦਾਂ ਖਰੀਦਦੇ ਰਹੇ, ਕਿਤੇ ਵੇਲਣਾ ਲੈ ਲਿਆ, ਕਿਤੇ ਪਸ਼ੂ ਚੰਗਾ ਲੈ ਲਿਆ। ਸਾਡੇ ਇੱਥੇ ਰਹਾਣੇ ਦੇ ਮੁਸਲਮਾਨ ਭਰਾ ਹੀ ਹੁੰਦੇ ਸੀ, ਸਾਡੇ ਉਹ ਸੇਪੀ ਕਰਦੇ ਹੁੰਦੇ ਸੀ। ਕਿਹੜੇ ਰਹਾਣੇ ਦੇ ਜੀ? ਆ ਦੁਵੱਡੇ ਰਹਾਣੇ ਦੇ, ਦੁਵੱਡੇ ਰਹਾਣੇ ਦੇ, ਠੀਕ। ਉਹ ਫਿਰ ਕਹਿੰਦੇ ਵੀ ਸਾਡਾ ਹੁਣ ਸਮਾਨ ਤਾਂ ਸਾਰਾ ਉੱਦਾਂ ਹੀ ਜਾਣਾ, ਪਸ਼ੂ ਪਾ ਵਪਾਰੀ ਸੀਗੇ, ਪਸ਼ੂ ਲਿਆ ਕੇ ਵੇਚਦੇ ਹੁੰਦੇ ਸੀ ਜੀ ਜੀ, ਤਾਂ ਸਾਡੀਆਂ ਸੇਪੀ ਅੱਗੇ ਉਹ ਭਰਾਈ ਜਿਹੜੇ ਸੀ ਮਸ਼ੀਨਾਂ ਰੱਖੀਆਂ ਸੀ, ਉਹਨੂੰ ਕੱਪੜੇ ਵੀ ਸੀਂਦੇ ਹੁੰਦੇ ਸੀ, ਸੇਪੀ 'ਤੇ ਸੀਣੇ। ਅੱਛਾ ਜੀ, ਅੱਛਾ ਅੱਛਾ। ਅਤੇ ਉਹ ਨਾਂ ਕੀ ਸੀ ਉਹਨਾਂ ਦੇ? ਇੱਕ ਨਾਲ ਦਾ ਦਿੱਤਾ ਸੀ,
ਮੁੰਡਾ ਉਹਦਾ ਇੱਕ ਬਾਜਾ ਵਜਾਉਂਦਾ ਹੁੰਦਾ ਸੀ, ਉਹਦਾ ਨਾਮ ਮੈਨੂੰ ਚੇਤਾ ਭੁੱਲ ਗਿਆ। ਉਹ ਬਾਜਾ ਵੀ ਵਜਾਉਂਦੇ ਹੁੰਦੇ, ਬਾਜਾ ਬੜਾ ਵਧੀਆ, ਜਦੋਂ ਕੋਈ ਵਿਆਹ ਵੀ ਕਰਨਾ ਤਾਂ ਉਹਨਾਂ ਦਾ ਬਾਜਾ ਜਾਂਦਾ ਹੁੰਦਾ, ਮਸ਼ਹੂਰ ਸੀਗੇ। ਅਤੇ ਉਹ ਬੀਮ ਜਿਹਾ ਹੀ ਵਜਾਉਂਦਾ ਹੁੰਦਾ ਸੀ, ਉਹਦਾ ਮੁੰਡਾ ਬਹੁਤ ਵਧੀਆ ਸੀ। ਉਹਨੂੰ ਬੜੀ ਦੂਰ ਦਾ ਛਾਈਆਂ ਆਈਆਂ ਹੁੰਦੀਆਂ ਸੀ। ਉਹ ਸਾਡੇ 'ਚ ਰਹਿੰਦੇ, ਇੱਕ ਬਾਬੂ ਹੁੰਦਾ ਸੀ, ਉਹਦਾ ਮੁੰਡਾ ਤਾਂ ਬਾਹਰ ਭਰਾਈਆਂ ਦਾ, ਉਹਦਾ ਕੋਈ ਚੰਗਾ ਸੀ, ਉਹ ਤਾਂ ਪਾਠ ਵੀ ਜਾਣਦਾ ਸੀ, ਉਹ ਵੀ ਸਾਡੇ ਨਾਲ ਰਿਹਾ। ਉਹ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦੇ, ਪਾਠ ਉਹ ਜਪਜੀ ਸਾਹਿਬ ਦਾ ਕਰ ਲੈਂਦਾ ਸੀ ਸਾਰਾ। ਕੀ ਨਾਂ ਸੀ ਉਹਦਾ ਜੀ? ਉਹਦਾ ਨਾਮ ਬਾਬੂ ਜੀ, ਉਹਨੂੰ ਕਹਿੰਦੇ ਸੀ। ਮੁੰਡਾ ਉਹਦਾ ਬਾਹਰ ਮਿਲਟਰੀ ਦੇ ਵਿੱਚ ਸੀ। ਅੱਛਾ, ਜਦੋਂ ਰੌਲਾ ਪਿਆ ਤਾਂ ਮੁੰਡਾ ਫਿਰ ਆ ਕੇ ਫਿਰ ਉਹਨੂੰ ਲੈ ਗਿਆ, ਲੈ ਗਿਆ। ਕਹਿੰਦਾ ਮੁੰਡੇ ਦਾ ਫੋਨ ਮੈਨੂੰ ਆਇਆ, ਉਹਨੇ ਮੈਨੂੰ ਲੈ ਜਾਣਾ ਆ, ਵੀ ਆਹ ਮਸ਼ੀਨ ਹੈਗੀ ਹੈ ਤੁਸੀਂ ਰੱਖ ਲਓ। ਕੱਪੜੇ ਸੀ, ਕੱਪੜੇ ਸੀ, ਕੱਪੜੇ ਸੀਂਦਾ ਹੁੰਦਾ ਸੀ, ਫਿੰਗਰ ਮਸ਼ੀਨ ਸੀ। ਉਹ ਫਿਰ ਸਾਨੂੰ ਦੇ ਗਿਆ, ਕਹਿੰਦਾ ਜੋ ਮਰਜ਼ੀ ਦੇ ਦਿਓ। ਉਦੋਂ ਫਿਰ ਸਸਤੀ ਜਿਹੀ ਉਹ ਮਸ਼ੀਨ ਵੀ ਸਾਡੇ ਕੋਲ ਰਹੀ। ਮਸ਼ੀਨ ਮੇਰਾ ਖਿਆਲ ਹੁਣ ਖਰਾ ਕੁੜੀਆਂ ਕੜੀਆਂ ਨੂੰ ਫਿਰ ਬਾਹਰ ਦੇ ਦਿੱਤੀ। ਆਹੋ, ਉਹਨਾਂ ਦੀ ਯਾਦ ਸੀ। ਹਾਂਜੀ, ਅਤੇ ਉਹ ਮਸ਼ੀਨ ਦੇ ਗਿਆ ਸੀ ਸਾਨੂੰ, ਤਾਂ ਫਿਰ ਅਸੀਂ ਉਹ ਸਾਡੇ ਨਾਲ ਬੜੀ ਇੱਦਾਂ ਮਿਲਣ ਵਰਤਣ ਸੀਗੀ। ਜਦੋਂ ਅੱਲਾ ਦਿੱਤੇ ਨੇ ਆਉਣਾ, ਸੇਪੀ ਦੇ ਸਾਡੇ ਕੱਪੜੇ ਸੀ, ਖੱਦਰ ਦੇ ਉਹ ਕੱਪੜੇ ਸੀਂਦੇ ਹੁੰਦੇ, ਜੱਟਾਂ ਦੇ ਸਾਡੇ ਖੱਦਰ ਦੇ ਹੁੰਦੇ ਸੀ। ਅਤੇ ਹੁਣ ਉੱਥੇ ਆ ਕੇ ਜਿਹੜੇ ਸਵੇਰ ਨੂੰ ਅਸੀਂ ਰੋਟੀ ਜਿੱਦਾਂ ਆਪ ਖਾਈ ਦੀ, ਇੱਦਾਂ ਮੱਕੀ ਦੀ ਰੋਟੀ ਹੋਣੀ, ਸਾਗ ਹੋਣਾ ਤਾਂ ਮੱਖਣੀ ਚੰਗੀ ਪਾ ਦੇਣੀ। ਕਹਿੰਦਾ ਆਹ ਜਿਹੜੀ ਰੋਟੀ ਸਾਨੂੰ ਨਾ, ਇਹ ਨਹੀਂ ਕਹਿੰਦਾ ਕਿਸੇ ਪਾਸੇ ਜਾਣ ਦੀ, ਇਹ ਇੱਦਾਂ ਦਾ ਕਿਸੇ ਮਿਲਣਾ ਨਹੀਂ ਖਾਣਾ। ਰੋਟੀ ਨੇ ਬੰਨੇ ਹੈ, ਰੋਟੀ ਨਾਲ ਬੰਨੇ ਆਇਆ ਉਹਨੀ ਫਿਰ ਬੜੇ ਪ੍ਰੇਮ ਨਾਲ ਕੱਪੜੇ ਜੇ ਸੀਣੇ, ਪੰਜ ਚਾਰ ਦਿਨ ਲਾਉਣੇ, ਥੋੜ੍ਹਾ ਜਿਹਾ ਟਾਈਮ ਲਾ ਕੇ ਚਲੇ ਜਾਣਾ, ਕਹਿਣਾ ਮੁੜ ਕੇ ਵੀ ਆਉਣਾ, ਰੋਟੀ ਵੀ ਖਾਣੀ ਆ। ਉਹਨੀ ਫਿਰ ਧੁੱਪੇ ਮੈਂ ਉਹਨਾਂ ਨੂੰ ਸ਼ੁਗਰ ਮੇਲਾ ਪੂਰਾ ਕਰਦੇ, ਪੂਰਾ ਕਰਨਾ, ਧੁੱਪੇ ਫਿਰ ਉਹਨਾਂ ਨੂੰ ਕੱਪੜਾ ਵਿਛਾ ਦੇਣਾ, ਉਹਨੇ ਉਸੇ ਮਸ਼ੀਨ ਨਾਲ ਰੱਖ ਲੈਣੀ ਆ। ਅਤੇ ਇੱਦਾਂ ਜਾਣੀ ਹੋਰ ਵੀ ਵਿੱਚ ਪੈਂਦੇ ਸੀ। ਕਦੀ ਕਦੀ ਬਜ਼ੁਰਗੋ ਸੋਚਿਆ ਸੀ ਵੀ ਇੱਦਾਂ ਦਾ ਸਮਾਂ ਆਊਗਾ ਇਹ ਮਸ਼ੀਨ ਸਾਨੂੰ ਦੇ ਜਾਣਗੇ? ਕਦੇ ਵੀ ਨਹੀਂ ਇਸ ਗੱਲ ਨੂੰ ਸੋਚਿਆ ਸੀ। ਆਹ ਜ਼ਮਾਨਾ ਸਾਡੀ ਉਮਰ ਦੇ ਵਿੱਚ ਤਾਂ ਬਹੁਤ ਕੁਛ ਬਦਲੀ ਹੋਈ, ਬਹੁਤ ਬਦਲਿਆ, ਬਹੁਤ ਕੁਛ ਬਦਲੀ ਹੋਇਆ ਸੀ। ਇੱਦਾਂ ਦਾ ਅੱਖੀਂ ਦੇਖਿਆ ਫਿਰ, ਜਿਹੜੇ ਉਹ ਮਾਰੇ ਮੁਸਲਮਾਨ ਉਹ ਵੀ ਅਸੀਂ ਦੇਖੇ। ਇੱਕ ਤਾਂ ਸਾਡੇ ਧੋਬੀ ਹੁੰਦਾ ਸੀ ਕੱਪੜੇ, ਜਿਮੀਦਾਰ ਦੇ ਧੋਬੀ ਵੀ ਲਿਜਾਂਦਾ ਹੁੰਦਾ, ਇੱਥੇ ਸਾਡੇ ਡੁੰਬ ਸੀ ਬੜੇ ਭਾਰੇ, ਆਲੇ ਦੁਆਲੇ ਪਿੰਡਾਂ ਦੇ ਵੀ ਇਕੱਠੇ ਕਰਕੇ ਧੋਬੀ ਕੱਪੜੇ ਧੋਂਦੇ ਹੁੰਦੇ ਸੀ। ਹਾਲੇ ਵੀ ਉਹ ਡੁੰਬ ਹੈਗੇ ਬੜੇ ਭਾਰੇ ਆ ਤੁਹਾਡੇ ਪਿੰਡ 'ਚ? ਹਾਂਜੀ, ਤੁਹਾਡੇ ਪਿੰਡ ਦਾ ਸੀਗਾ ਉਹ ਧੋਬੀ, ਜਿਹੜਾ ਧੋਬੀ ਰਹਾਣੇ ਦਾ ਸੀਗਾ ਨਾ, ਉਹ ਰਹਾਣੇ ਦੇ ਵਿੱਢੇ ਦਾ ਸੀਗਾ, ਵਿੱਢੇ ਰਹਾਣੇ ਦਾ। ਉਹ ਮਾਰਤਾ ਸੀ, ਉਹ ਮਾਰਿਆ ਇੱਕ ਬੇਵਕੂਫ ਜਿਹੇ ਨੇ ਐਵੇਂ, ਅਤੇ ਉਹ ਵਿਚਾਰਾ ਕੱਪੜੇ ਲੈਣ ਆਇਆ ਸੀ, ਉਹ ਇੱਥੇ ਕੇ ਮਾਰ ਦਿੱਤਾ ਕੱਪੜੇ ਕੁੱਪੜੇ, ਖਰੇ ਖੋਏ ਕਿ ਕੀ ਕੀਤਾ ਦੱਸੋ, ਖੇਤਾਂ 'ਚ ਮਾਰ ਦਿੱਤਾ ਉਹ, ਬਾਕੀ ਉਹਦਾ ਟੱਬਰ ਤਾਂ ਹੋਊਗਾ। ਅਤੇ ਉਹ ਇੱਦਾਂ ਆਉਂਦਾ ਹੁੰਦਾ ਸੀ, ਇਹ ਜੜਾਮ ਜਿਹੜੀ ਸੀ, ਜੜਾਮ ਖਰੇ ਜੜਾਮ ਦਾ ਸੀ, ਉਹ ਜੜਾਮਾ ਆਉਂਦਾ ਹੁੰਦਾ ਸੀ, ਜੜਾਮ ਦਾ ਹੋਣਾ ਜੀ ਉੱਥੇ, ਜੜਾਮ ਦਾ ਸੀਗਾ, ਉੱਥੇ ਸੀਗੇ ਸਾਰੇ ਮੁਸਲਮਾਨ, ਉੱਥੇ ਰਾਜਪੂਤ ਜੱਟ ਵੀ, ਉੱਥੇ ਜੱਟ ਸੰਘੇ ਸੀਗੇ ਜੀ, ਕੋਈ ਘਰ ਮੁਸਲਮਾਨ, ਉਹ ਬਾਹਰੋਂ ਆਏ ਹੋਣੇ ਆ। ਨਹੀਂ ਜੀ, ਉਹ ਰਾਜਪੂਤਾਂ ਦਾ ਪਿੰਡ ਸੀ, ਰਾਜਪੂਤਾਂ ਦਾ ਪਿੰਡ ਸੀ, ਅਤੇ ਉੱਥੇ ਸੰਘੇ ਜੱਟ ਸੀਗੇ ਮੁਸਲਮਾਨ। ਹਾਂ, ਮੁਸਲਮਾਨ ਸੀਗੇ, ਠੀਕ ਆ, ਮੁਸਲਮਾਨ ਸੀਗੇ ਉਹ ਜੀ ਜੀ। ਅਤੇ ਉੱਥੇ ਦਾ ਉਹ ਜੈਲਦਾਰ ਵੀ ਵੇਖਿਆ, ਉਹ ਮੁਸਲਮਾਨ ਸੀਗਾ, ਅਤੇ ਉਹ ਰਾਜਪੂਤ ਸੀਗਾ ਜੀ, ਉਹ ਰਾਜਪੂਤ, ਉਹ ਹਾਲੇ ਵੀ ਮਕਾਨ ਬਣਿਆ, ਕਿਸੇ ਨੂੰ ਪੈ ਗਿਆ ਹੋਊਗਾ। ਅਤੇ ਉੱਥੇ ਉਹਦੇ ਕੋਲ ਡੀਪੂ ਡੁਪੂ ਹੁੰਦਾ ਸੀ, ਕਈ ਕੱਪੜੇ ਕੁੱਪੜੇ ਉਹਦੇ ਕੋਲ ਜਾਂਦੇ ਲਿਆਉਂਦੇ ਹੁੰਦੇ ਸੀ, ਉਹ ਜੁਲਾਮ ਵੀ ਅਸੀਂ ਵੇਖਿਆ। ਅਤੇ ਇੱਦਾਂ ਕਰਕੇ ਅਸੀਂ ਤਾਂ ਉਦੋਂ ਵਾਕਫ ਸੀਗੇ ਕਾਫ਼ੀ, ਕਿਉਂਕਿ ਸਾਡੇ 17 ਸਾਲਾਂ ਦੀ ਉਮਰ ਦੇ ਵਿੱਚ ਸਭ ਕੁਝ ਜਾਣਦਾ। ਜਿਹੜਾ ਹੈਰਾਣਾ ਕਲਾਂ ਆ ਜੀ, ਹਾਂਜੀ, ਮੇਰਾ ਖਿਆਲ ਇਹ ਬਹੁਤ ਮਸ਼ਹੂਰ ਪਿੰਡ ਸੀ ਉਦੋਂ, ਤਰੱਕੀ ਵਾਲਾ ਪਿੰਡ ਸੀ, ਤਰੱਕੀ ਵਾਲਾ ਪਿੰਡ ਸੀਗਾ। ਇੱਕ ਸਾਡੇ ਪਿੰਡ ਦੇ ਨਾਲ ਇਹਦੀ ਮੁਲਾਕਾਤ ਜ਼ਿਆਦਾ ਸੀ, ਆਉਣੀ ਜਾਣੀ ਸਭ ਜਾਣਦੇ, ਬਹੁਤ ਪਿਆਰ ਸੀ, ਦੱਸਦੇ ਆ। ਇੱਕ ਘੋਲਦਾ ਹੁੰਦਾ ਜੱਟ, ਬੜਾ ਭਲਵਾਨ ਤਕੜਾ ਸੀ ਹੈਰਾਣੇ ਦਾ ਜੀ, ਹਾਂਜੀ। ਕੀ ਨਾਂ ਸੀ? ਉਹਦਾ ਨਾਮ ਦਿੱਤ ਸੀ, ਦਿੱਤ, ਹਾਂ, ਮੁਸਲਮਾਨ ਸੀ, ਮੁਸਲਮਾਨ। ਤਾਂ ਸਾਡੇ ਪਿੰਡ ਦਾ ਇੱਕ ਪ੍ਰਤਾਪ ਸਿੰਘ ਹੁੰਦਾ ਸੀ, ਪ੍ਰਤਾਪ ਸਿੰਘ ਉਹਦਾ ਨਾਮ, ਪ੍ਰਤਾਪ ਸਿੰਘ, ਉਹ ਵੀ ਘੋਲਦਾ ਚੰਗਾ ਸੀ, ਉਹਨਾਂ ਦੀ ਯਾਰੀ ਹੋਣੀ ਸੀ, ਆਹੋ ਯਾਰੀ। ਇੱਥੇ ਆਉਂਦੇ ਜਾਂਦੇ ਇੱਥੇ ਪਟੋਰੀ ਚੌਂਕੀਆਂ ਲੱਗਦੀਆਂ ਹੁੰਦੀਆਂ ਸੀ, ਬੀਬੀ ਦੀ ਪਟੋਰੀ, ਬੀਬੀ ਦੀ ਪਟੋਰੀ। ਅੱਛਾ, ਇਹ ਖੜਾ ਕਿਹੜੇ ਮਹੀਨੇ ਲੱਗਦੀਆਂ? ਫੱਗਣ ਚੇਤ ਨੂੰ ਲੱਗਦੀਆਂ। ਇਹ ਸੱਤ ਚੌਂਕੀਆਂ ਲੱਗਣੀਆਂ, ਸੱਤ ਚੌਂਕੀਆਂ ਦੇ ਵਿੱਚ ਫਿਰ ਇਹ ਨਹੀਂ ਇੱਧਰੋਂ ਆਉਣਾ, ਬਹੁਤ ਕੋਲ ਹੁੰਦੇ ਸੀ, ਦੂਰੋਂ ਦੂਰੋਂ ਆਉਂਦੇ ਸਾਡੇ ਪਿੰਡਾਂ ਨੂੰ, ਜਲਿਆਂ ਰੋਸ਼ਨੀ ਵੀ ਕਹਿੰਦੇ ਆ, ਉਹ ਤਾਂ ਸਿਰਫ ਘੋਲਣ ਵਾਸਤੇ ਹੁੰਦੀ ਆ, ਉਹ ਸਿੱਖ ਕਵਰ ਹੈ ਇੱਕ ਮੁਸਲਮਾਨ ਦੀ, ਖਾਕੀ ਸ਼ਾਹ, ਹਾਂਜੀ ਹਾਂਜੀ, ਉਹਦੇ ਉੱਤੇ ਮੇਲਾ ਇਹ ਲੱਗਦਾ ਸੀ, ਬਾਬੇ ਖਾਕੀ ਸ਼ਾਹ ਦੇ, ਅਤੇ ਦੁਨੀਆ ਬੌਲ ਵੀ ਲਿਆ ਕੇ ਬਹਿੜਿਆਂ ਨੂੰ ਮੱਥਾ ਟਿਕਾਉਣੀ ਹੁੰਦੀ ਸੀ ਉਹ ਕਬਰ ਦੇ ਕੋਲ, ਆਮ ਜਿਹੜੇ ਸਿੱਖ ਵੀ ਹੋਰ ਵੀ ਬਹਿੜੇ ਪਾਲ ਕੇ ਉੱਥੇ ਜਾ ਕੇ ਮੱਥਾ ਟਿਕਾਉਣਾ। ਅੱਛਾ ਜੀ, ਅਤੇ ਉੱਥੇ ਮੇਲਾ ਲੱਗਣਾ, ਉੱਥੇ ਦੁਕਾਨਾਂ ਬਹੁਤ ਹੁੰਦੀਆਂ ਸੀਗੀਆਂ।
ਫਿਰ ਉੱਥੇ ਘੋਲ ਹੋਣੇ ਕਹਿਣਾ, ਹੁਣ ਚੌਂਕੀ ਦਾ ਟਾਈਮ ਹੋ ਗਿਆ, ਜਿੱਦਣ ਚੌਂਕੀ ਵਾਲੇ ਦਿਨ ਉੱਦਾਂ ਵੀ ਜਾਂਦੇ ਰਹਿਣਾ ਲੋਕ, ਹੱਥ ਵੀ ਮੰਨਦੇ ਉਹਨੂੰ, ਹੁਣ ਤਾਂ ਬਟਾ ਸਿੱਟਿਆ ਬਾਗੂ, ਹੁਣ ਤਾਂ ਕਵਰੇ ਕਰ। ਤੁਸੀਂ ਉਹ ਮੇਲਾ ਦੇਖਦੇ ਹੁੰਦੇ ਸੀ? ਲੈ ਅਸੀਂ ਜਾਂਦੇ ਰਹੇ ਬਹੁਤ। ਮੇਲੇ ਬਾਰੇ ਦੱਸੋ ਜੀ, ਕਿੱਦਾਂ ਦਾ ਮੇਲਾ ਸੀ, ਕੀ ਹੁੰਦਾ ਸੀ ਉੱਥੇ? ਉੱਥੇ ਇੱਦਾਂ ਸੀ ਵੀ ਇੱਕ ਤਾਂ ਦੁਕਾਨ ਤੁਹਾਨੂੰ ਦੱਸਦਾ ਇਹ ਸੀ, ਇੱਕ ਬੋਲ ਦਵਾਉਂਦੇ ਹੁੰਦੇ ਸੀ ਬਹਿੜੇ ਬੜੇ ਹਾਲੇ ਦੇ, ਜਿਹੜੇ ਪਾਲ ਕੇ ਜਾਣੇ ਉੱਥੇ ਮੱਥਾ ਟਕਾਉਣਾ। ਬਾਕੀ ਉੱਥੇ ਇਹ ਕੁਸ਼ਤੀਆਂ ਬੜੀਆਂ ਭਲਵਾਨਾਂ ਦੀਆਂ ਹੋਣੀਆਂ, ਉਹ ਜੜਿਆਲਾ ਸਾਡਾ ਪਿੰਡ ਆ, ਉੱਥੋਂ ਤੱਕ ਦੇ ਭਲਵਾਨ ਆਉਣੇ ਦੂਰੋਂ ਦੂਰੋਂ, ਦੇਖਣੇ ਲਾਇਕ ਹੁੰਦਾ ਸੀ ਇੱਦਾਂ ਦਾ ਅਖਾੜਾ ਲੱਗਣਾ। ਚਾਰ ਸਵੇਰੇ ਕਿਤੇ ਪਿੰਡ ਹੋਏ ਖਰਾ ਕਿੰਨੇ ਇਕੱਠੇ ਹੋਏ ਹੁੰਦੇ, ਬਹੁਤ ਤਕੜਾ ਮੇਲਾ ਲੱਗਦਾ। ਭਲਵਾਨ ਵੀ ਬੜੇ ਦੂਰੋਂ ਦੂਰੋਂ ਆਉਂਦੇ ਸੀ ਮੇਲਾ ਦਾ, ਉਹ ਦੇਖਣ ਵਾਲਾ ਸੀ। ਉਹ ਕੈਮਰਾ ਹੋਵੇ ਤਾਂ ਕੋਈ ਫੋਟੋ ਫਾਟੋ ਖਿੱਚੀ ਹੋਵੇ ਤਾਂ ਬਹੁਤ ਹਾਲੇ ਦਾ, ਹੁਣ ਤਾਂ ਇੱਦਾਂ ਦਾ ਸਿਸਟਮ ਹੈ ਨਹੀਂ, ਅੱਗੇ ਇੱਦਾਂ ਦਾ ਹੈ ਨਹੀਂ ਸੀ, ਹੈ ਨਹੀਂ ਸੀਗਾ। ਹਾਂਜੀ, ਉਦੋਂ ਮੇਲੇ ਸੀਗੇ ਤਾਂ ਕੈਮਰੇ ਨਹੀਂ ਸੀ, ਮੇਲੇ ਸੀ ਮੁਸਲਮਾਨਾਂ ਦੀਆਂ ਨਕਲਾਂ ਬਹੁਤ ਦੇਖਣ ਵਾਲੀਆਂ ਸੀਗੀਆਂ। ਅੱਛਾ, ਨਕਲਾਂ ਬਾਰੇ ਵੀ ਦੱਸੋ। ਨਕਲਾਂ ਬਾਰੇ ਉਹ ਇੱਕ ਸਾਡੇ ਉਹ ਉਹਨੂੰ ਕਹਿੰਦੇ ਸੀਗੇ ਨਕਲੀਏ ਨੂੰ ਫਿਰੋਜ਼ਦੀਨ, ਫਿਰੋਜ਼ਦੀਨ ਚੱਬੇਵਾਲ ਦਾ ਸੀ? ਨਹੀਂ ਉਹ ਸੀਗਾ, ਪਤਾ ਨਹੀਂ ਇਹਦਾ ਕਿੱਥੇ ਦਾ। ਫਿਰੋਜ਼ਦੀਨ ਜਵਾਨ ਬੜਾ ਸੀ ਜੀ, ਜਵਾਨ ਬੜਾ ਸੀ, ਉਹ ਸੁਨੱਖਾ ਬੜਾ, ਜਵਾਨ ਬੜਾ, ਜਿਹੜੇ ਉਹਨੇ ਵਰਦੀ ਪਾ ਕੇ ਠੰਡਦਾਰ ਵੀ ਨਿਕਲਣਾ ਨਾ। ਉਹ ਤਾਲਿਬ ਸੀਗਾ? ਹੈਂ, ਤਾਲਿਬ ਸੱਜੂ ਦਾ ਮੁੰਡਾ, ਸੱਜੂ ਦਾ ਮੁੰਡਾ ਤਾਲਿਬ, ਉਹ ਸਿੰਗੜੀ ਵਾਲੇ ਦੇ ਸੀ, ਸਿੰਗੜੀ ਉਹ ਵੀ ਬੜਾ ਜਵਾਨ ਸੀ। ਅੱਛਾ, ਜਿਹੜੇ ਉਹ ਨਿਕਲ ਸਾਡੇ ਪਿੰਡ ਇਸੇ ਹੋਈਆਂ ਨਕਲਾਂ ਤੱਕੀਆ ਸੀ ਜੀ, ਇੱਥੇ ਨਕਲਾਂ ਹੋਈਆਂ ਤਾਂ ਉਹ ਸੱਜੂ ਜਿਹਦੇ ਆਇਆ, ਉਹ ਆਇਆ ਤਾਂ ਵਿੱਚ ਸ਼ਰਾਬੀ ਹੋਏ, ਨਕਲਾਂ ਸੁਣਨਾ ਐਵੇਂ ਇੱਕ ਦੋ ਰੁਪਈਏ ਦੇਣ, ਗੱਲ ਸੁਣਨਾ ਦਾਂ ਦਾ ਜੀ। ਉਹ ਕਹਿੰਦਾ ਕੋਈ ਨਹੀਂ ਮੈਂ ਇਹਨੂੰ ਠੀਕ ਕਰਦਾ। ਉਹ ਲਾਂਭੇ ਦੀ ਹੋ ਕੇ ਕੱਪੜੇ ਬਦਲ ਕੇ ਠਾਣਦਾਰ ਦਾ ਭੇਸ ਬਣਾ ਕੇ, ਅਤੇ ਇੱਥੇ ਘੋੜੀ ਸੀ ਕਿਸੇ ਦੀ, ਉਹ 'ਤੇ ਚੜ੍ਹ ਕੇ ਆਇਆ। ਉਹ 'ਤੇ ਚੜ੍ਹ ਕੇ ਆ ਕੇ ਜਿਸਦੇ ਹੁਣ ਘੋੜੀ ਬੰਨੀ, ਜਿਹਨੇ ਇਕੱਠੇ ਕੀਤੇ ਲੋਕ ਛੱਡ ਕੇ, ਕਿਉਂਕਿ ਇੱਥੇ ਕੋਈ ਬੰਦਾ ਤੱਕ ਇੱਥੇ ਦੇਖਿਆ ਪਿੰਡ 'ਚ ਸਭ ਦੌੜ ਗਏ। ਉਹਦਾ ਇੰਨਾ ਰੋਹਬ ਸੀ, ਕਹਿੰਦੇ ਸਰਦਾਰ ਬਹੁਤ ਵਧੀਆ ਬਣਦਾ ਸੀ, ਸਰਦਾਰ ਬੜਾ ਵਧੀਆ ਬਣਨਾ। ਇੱਕ ਵਾਰੀ ਹੁਣ ਸ਼ਰਤ ਲਾਈ, ਇੱਕ ਨੇ ਲਾਇਆ ਵੀ ਮੈਂ ਹਾਂ ਪੌੜੀ ਦੇ 13 ਡੰਡੇ ਆ, ਇਹ ਚੜ੍ਹਨਾ ਜੇ ਮੈਨੂੰ ਚੜ੍ਹਦੇ ਚੜ੍ਹਦੇ ਨੂੰ ਹਸਾ ਦਵੇ। ਬਾਜੀ ਵਾ, ਉਹ ਕਹਿੰਦਾ ਵੀ ਚੱਲ ਕੋਈ ਨਹੀਂ ਮੈਂ ਹਸਾ ਦੂੰਗਾ। ਨਕਲਾ ਹੁੰਦੀਆਂ ਜੇ 13 ਡੰਡੇ ਚੜ੍ਹਦੇ ਚੜ੍ਹਦੇ ਉਹ ਜੀ ਸਿੱਖਦੇ ਡੰਡੇ ਚਲੇ ਗਏ, ਉੱਥੇ ਜਾ ਕੇ ਉਹਨੂੰ ਗਾਜੀ ਕਰੇ, ਉਹਦਾ ਹਾਸਾ ਨਿਕਲ ਗਿਆ ਕੀਲੇ ਡੰਡੇ ਨੂੰ। ਅੱਛਾ, ਨਾਲੇ ਉਹ ਸਰਦਾਰ ਸੀ ਚੰਗਾ। ਅੱਛਾ, ਉਹ ਹੁਣ ਇੱਦਾਂ ਹੀ ਚੱਕ ਕੇ ਗੱਲ ਕਹੀ, ਉਦਾਂ ਕਹਿੰਦਾ ਸੁਣਾ। ਉਹ ਕਿਹੜੇ ਪਿੰਡ ਦੀ ਗੱਲ ਆ? ਸਾਡੇ ਪਿੰਡ ਦੀ ਗੱਲ ਆ। ਸਾਡੇ ਪਿੰਡ ਦੀ ਗੱਲ ਆ? ਹਾਂਜੀ ਹਾਂਜੀ। ਬੰਦਾ ਕਿਹੜਾ ਜਿਹਨੂੰ ਹਸਾਇਆ ਸੀ? ਉਹ ਬੰਦਾ ਉਹ ਸੀਗਾ, ਉਹ ਪਤਾ ਨਹੀਂ ਹੁਣ ਮੈਨੂੰ ਇੰਨਾ ਚੇਤਾ ਨਹੀਂ, ਕਹਿੰਦੇ ਇਹ ਗੱਲ ਹੋਈ ਉੱਥੇ। ਅੱਛਾ, ਕਮਾਲ ਆ, ਕਮਾਲ ਆ। ਅਤੇ ਇੱਦਾਂ ਦੀਆਂ ਗੱਲਾਂ ਉਹ ਸਜੂਦੀਆਂ ਤਾਂ ਬਹੁਤ ਮਸ਼ਹੂਰ ਸੀ, ਅਸੀਂ ਨਕਲਾਂ ਦੇਖਣ ਅਸੀਂ ਜਾਂਦੇ ਰਹੇ ਹਾਂ। ਇੱਕ ਵਾਰੀ ਰਹਾਣੇ ਨਕਲਾਂ ਹੋਈਆਂ, ਅਤੇ ਉੱਥੇ ਇੱਕ ਉਹਨਾਂ ਦੇ ਵਿੱਚ ਨਕਲੀਆ ਸੀਗਾ, ਮੁਸਲਮਾਨ ਬੜਾ ਜਵਾਨ ਸੀ, ਉਹ ਮਰਾਸੀ ਸੀ, ਉਹ ਨਕਲਾਂ ਵਿੱਚ ਕਰਨੇ ਨੂੰ ਰੱਖਿਆ ਉਹਨੂੰ, ਜਵਾਨ ਹੁਣ ਚਾਦਰ ਚੁਦਰ ਹੈ ਬੜਾ। ਉਹ ਕਹਿੰਦੇ ਉਹ ਜਿਹੜੇ ਨਕਲਾਂ ਇੱਕ ਦੂਜੇ ਪਟਾਕੀਆਂ ਮਾਰਨ ਲੱਗੇ ਨਾ, ਇੱਕ ਮਾਰਦੇ ਹੁੰਦੇ ਸੀ ਪਟਾਕੀ, ਉਹ ਬਣਾ ਚਮੋਟਾ ਕਹਿੰਦੇ, ਚਮੋਟਾ ਉਹ ਜਿਹੜੇ ਲਿਆਉਂਦਾ ਤਾਂ ਉਹ ਕਹਿੰਦਾ ਇਹ ਕੌਣ ਆਏ, ਕਹਿੰਦਾ ਜੀ ਮੈਂ ਮੀਰ ਆਸੀ ਹੁੰਦਾ, ਮੈਂ ਆਖੇ ਮੀਰ ਆਸੀ ਹੁੰਦਾ। ਅੱਛਾ, ਉਹ ਕਹਿੰਦਾ ਮਰਾਸੀ ਤਾਂ ਹੁੰਦੇ, ਮੀਰ ਆਸੀ ਕੀ ਹੁੰਦੇ ਆ? ਕਹਿੰਦਾ ਉਹ ਵੀ ਹੁੰਦੇ ਮੀਰ ਆਸੀ। ਅੱਛਾ ਜੀ। ਉਹ ਕਹਿੰਦਾ ਮੀਰ ਆਸੀ ਕੌਣ ਹੁੰਦੇ ਆ? ਉਹ ਕਹਿੰਦਾ ਤੁਹਾਨੂੰ ਬਾਅਦ 'ਚ ਦੱਸਾਂਗੇ, ਅਖੇ ਤੂੰ ਇੱਥੇ ਕੀ ਕਰਨਾ ਆ? ਮੈਨੂੰ ਅਖੇ ਆਪਣੇ ਇੱਥੇ ਰਹਾਣੇ ਦੇ ਵਿੱਚ ਪੁੱਤਾਂ ਨੇ ਸੱਦਿਆ ਕੀ ਕਰਨੇ ਨੂੰ? ਅਖੇ ਚੌਧਰੀ ਕਹਿੰਦੇ ਵੀ ਤੇਰੇ ਬੱਚੇ ਲੈਣੇ ਅਸੀਂ, ਚੌਧਰੀ ਸਾਰੇ ਬੜੇ ਕਹਿੰਦਾ ਇਹ ਤਾਂ ਸਾਡੇ ਤੇ ਜੰਗੀ ਖੇੜੀ ਆ, ਇਹ ਕਹਿੰਦਾ ਜੀ ਮੈਨੂੰ ਬੱਚੇ ਲਿਆਉਣ, ਮੇਰੀ ਨਸਲ ਵਧਾਉਣੀ ਨਹੀਂ। ਇੱਦਾਂ ਦੇ ਸ਼ੁਕਰ ਉਹ ਬਹੁਤ ਕਰਦੇ ਹੁੰਦੇ, ਸੁਣਦੇ ਹੁੰਦੇ ਸੀ। ਇੱਕ ਇੱਥੇ ਫਾਤਮੀ ਵੀ ਨਕਲਾਂ ਕੀਤੀਆਂ ਸਾਡੇ ਪਿੰਡ ਦਾ, ਇਹ ਫਾਤਮਾ ਵੀ ਮੇਰਾ ਖਿਆਲ ਮੁਸਲਮਾਨਾਂ ਦਾ ਪਿੰਡ ਸੀ ਜ਼ਿਆਦਾ, ਇਹ ਸ਼ੈਣੀਆਂ ਦਾ ਸੀਗਾ ਜਾਂ ਬਾਹਮਣਾ ਦਾ ਸੀ? ਬਾਹਮਣਾ ਦਾ। ਅੱਛਾ ਅੱਛਾ। ਉਹ ਇੱਥੇ ਇੱਕ ਸਾਡੇ ਮੁੰਡਾ ਬੈਠਾ ਉਹਦਾ ਨੱਕ ਫੀਨਾ ਜਿਹਾ, ਜਵਾਨ ਤਾਂ ਚੰਗਾ ਸੀਗਾ, ਉਹ ਸੱਚ ਦਾ ਹੌਲਾ ਸੀ, ਉਹ ਅਸੀਂ ਤਾਂ ਤਕੜੇ ਹੋਏ ਸੀ। ਅਤੇ ਉਹ ਨਾ ਉੱਥੇ ਇੱਕ ਜਿਹੜੇ ਨਕਲਾਂ ਹੋਈਆਂ ਤਾਂ ਇੱਕ ਬੋਰਡ ਸੀ, ਬੋਰਡ ਦੇ ਥੱਲੇ ਹੋਈਆਂ, ਬੋਰਡ ਦੇ ਉੱਤੇ ਡਾਹਲੇ ਇੱਦਾਂ ਨੇੜੇ ਨੇੜੇ ਗਏ ਅਸੀਂ, ਬੜੇ ਚੌੜੇ ਡਾਹਲੇ ਪੁਰਾਣੀ ਬੋਰਡ ਸੀ, ਉਹ ਪੱਤਿਆਂ ਜਿਹਾ ਲੋਕ ਮੁੰਡਾ ਇੱਦਾਂ ਬੈਠਾ ਸਾਡੇ ਪਿੰਡ ਦਾ ਹੀ, ਬੜਾ ਹਾਲ ਹੈ ਵੀ ਹੱਸ ਰਹੇ ਉਹਨੂੰ। ਉਹ ਜਿਹੜੇ ਇੱਦਾਂ ਬੈਠਾ ਉਹ
ਇੱਕ ਬੰਦੇ ਦਾ ਖੂੰਡੀ ਜਿਹੜਾ ਰਫਲ ਦਿਆ ਰਫਲ ਖੂੰਡੀ ਰਫਲ ਬਣਾ ਦੇ ਉਹਦੀ ਆਲੂ ਕਹੋ ਉਹ ਸਾਰਾ ਕੀ ਕਰਨਾ ਕਹਿੰਦਾ ਇੱਥੇ ਬਟੇਟਰ ਆ ਉਹ ਮਾਰਨਾ ਉਹ ਪੱਤਿਆਂ 'ਚ ਉੱਤਰ ਗਿਆ ਯਾਰ ਬਟੇਟਰ ਕਹਿੰਦਾ ਉਹ ਇਹ ਤਾਂ ਬੰਦਾ ਹੈ ਮੈਂ ਤਾਂ ਕਿ ਬਟੇਟਰ ਆ ਸਾਡਾ ਪਿੰਡ ਜੁੜਾਮ ਨਾਲ ਵੀ ਲੱਗਦਾ ਸੀ ਸਾਰੀ ਨਾ ਵੀ ਸੀਮਾ ਇਹਦਾ ਲੱਗਦਾ ਜੁੜਾਮ ਨਾਲ ਲੱਗਦਾ ਜੀ ਜੁੜਾਮ ਨਾਲ ਲੱਗਦਾ ਜੁੜਾਮ ਦੇ ਨਾਲ ਹੀ ਵਸੀਮਾ ਲੱਗ ਜਾਂਦਾ ਪਰੇ ਨੂੰ ਔਰ ਜਿੱਥੇ ਹੈਗੇ ਉਹਨਾਂ ਦੇ ਖੇਤ ਜੁੜਾਮ ਦਾ ਵੀ ਵਸੀਮਾ ਲੱਗਦਾ ਹੈਗਾ ਅਤੇ ਬਾਕੀ ਸਾਰੀ ਦਾ ਵਸੀਮਾ ਇਹਦੇ ਨਾਲ ਲੱਗਦਾ ਮਣਾਈਆਂ ਦਾ ਲੱਗਦਾ ਜੀ ਜੀ ਅਤੇ ਫਿਰ ਅੱਤੋਵਾਲ ਦਾ ਵੀ ਲੱਗਦਾ ਇੱਧਰੋਂ ਪਡੋਰੀ ਦਾ ਲੱਗਦਾ ਅਤੇ ਫਿਰ ਇੱਧਰ ਨੂੰ ਘੁੰਮੋ ਤਾਂ ਮੋਨੇ ਦਾ ਵੀ ਨੇੜੇ ਆ ਜਾਂਦਾ ਹੈ ਤੁਸੀਂ ਦੱਸ ਦੇ ਤੁਸੀਂ ਮੋਨੇ ਗਏ ਸੀ ਨਾ ਸੰਤਾਲੀ 'ਚ ਹਾਂ ਮੋਨੇ ਗਿਆ ਜਦੋਂ ਰੌਲਾ ਪਿਆ ਉਹ ਸੁਣਾਓ ਕੀ ਹੋਇਆ ਮੋਨੇ ਜਿਹੜੇ ਰੌਲਾ ਪਿਆ ਨਾ ਕਹਿਣ ਵੀ ਮੋਨੇ ਸਮਾਨ ਮੁਸਲਮਾਨ ਹੁਣ ਸਾਰੇ ਕੈਂਪ 'ਚ ਪਿੰਡ ਖਾਲੀ ਆ ਸਾਡੇ ਪਿੰਡੋਂ ਵੀ ਲੋਕ ਗਏ ਕਹਿੰਦੇ ਚਲੋ ਕੁਛ ਲੈ ਆਉਂਦੇ ਹਾਂ ਸਾਡੇ ਕੋਲ ਗੱਡਾ ਸੀਗਾ ਸਾਡੇ ਪਿੰਡ ਦੇ ਇੱਕ ਝੀਰਾਂ ਦਾ ਮੁੰਡਾ ਸੀ ਉਹ ਕਹਿੰਦਾ ਮੈਂ ਵੀ ਕੁਛ ਲਿਆਉਣਾ ਇੱਕ ਦੁਕਾਨ ਸੀ ਸੇਪੀ ਕਰਦਾ ਕੁਛ ਕਹਿੰਦਾ ਮੈਂ ਵੀ ਲਿਆਉਣਾ ਗੱਡਾ ਲੈ ਚਲੋ ਇਹ 'ਤੇ ਕੁਛ ਜੋੜ ਲਿਆਵਾਂਗੇ ਅਸੀਂ ਕਿਹਾ ਖੋਲੀਆਂ ਬੋਲਦਾਂ ਲਈ ਦੋ ਲੈ ਆਵਾਂਗੇ ਖੋਲੀਆਂ ਅੱਗੇ ਲੱਕੜੀਆਂ ਬਣਾਈਆਂ ਹੁੰਦੀਆਂ ਸਾਰਿਆਂ ਨੇ ਬੜੇ ਵਧੀਆ ਅਸੀਂ ਤਾਂ ਦੋ ਖੋਲੀਆਂ ਰੱਖੀਆਂ ਉੱਥੇ ਇੱਕ ਸੰਦੂਕ ਸੀ ਬੜਾ ਹਾਲੇ ਦਾ ਜੀ ਅਤੇ ਉਹ ਸਾਡੇ ਗੱਡੇ 'ਤੇ ਵੀ ਰੱਖ ਦਿੱਤਾ ਕਹਿੰਦਾ ਤੁਸੀਂ ਚੱਲ ਸੰਦੂਕ ਲੈ ਜਾਓ ਬੜਾ ਵਧੀਆ ਬਣਾਇਆ ਸੀ ਉੱਥੇ ਹੋਰ ਵੀ ਬੰਦੇ ਆਏ ਸੀ ਲੁੱਟਣ ਲੁੱਟਣ ਬਹੁਤ ਆਇਆ ਸੀ ਕੋਈ ਚਾਹ ਕਰਨ ਡਿਆ ਵਿੱਚ ਬਣਾ ਕੇ ਉੱਥੇ ਭਾਂਡੇ ਸੰਦ ਦਾ ਸਭ ਕਰ ਰਹੀ ਮੈਂ ਭਰੇ ਪਏ ਸੀ ਚਾਹ ਬਣਾਉਣ ਲੱਗੇ ਸੀ ਚਾਹ ਕਈ ਬਣਾ ਕੇ ਪੀਣ ਲੱਗ ਪਏ ਕਹਿਣ ਪਹਿਲਾਂ ਚਾਹ ਬਣਾ ਕੇ ਪੀ ਲਓ ਘਰ ਤਾਂ ਸਾਰੇ ਉਹ ਭਰੇ ਪਏ ਸੀ ਉੱਦਾਂ ਹੀ ਛੱਡ ਕੇ ਜਾਣਾ ਪਿਆ ਉਹਨੂੰ ਅਚਾਨਕ ਹੀ ਦਾਣੇ ਫੱਕਾ ਹੋਰ ਕੋਈ ਨਹੀਂ ਸੀ ਉਹਨਾਂ ਦਾ ਬੰਦਾ ਉੱਥੇ ਕੋਈ ਨਹੀਂ ਕੋਈ ਬਜ਼ੁਰਗ ਵੀ ਨਹੀਂ ਬਜ਼ੁਰਗ ਨਹੀਂ ਜਰਾਹੇ ਸੀਗੇ ਉਹਦੇ ਵਿੱਚ ਜਰਾਹੇ ਦੋ ਤਿੰਨ ਘਰ ਸੀਗੇ ਉਹਨੂੰ ਕਿਹਾ ਜੀ ਇੱਦਾਂ ਲੁੱਟੋ ਨਾ ਫਲਾਣਾ ਕਰੋ ਉਹਨਾਂ ਨੂੰ ਕੌਣ ਜਾਣਦਾ ਉਹ ਵੀ ਹਟ ਕੇ ਬਹਿ ਗਿਆ ਵੀ ਅਸੀਂ ਕਿਸੇ ਨਾ ਕਾਹਨੂੰ ਫਸਾ ਲੈਣਾ ਬਿਲਕੁਲ ਬਿਲਕੁਲ ਅਤੇ ਉਹ ਫਿਰ ਉਹਨੀ ਇੱਕ ਸਕੀਮ ਹੋਰ ਬਣਾਈ ਕਿਹਨੇ ਰਾਹ ਦਿੱਤੀ ਉਹਨਾਂ ਨੂੰ ਖਲਾ ਜਨਾ ਉਹਨਾਂ ਦੀ ਸੀ ਜੀ ਉੱਥੇ ਆਈ ਸੀ ਆਪਣੇ ਬਲੋਚ ਜਿਹੜੇ ਸੀ ਉਹਨਾਂ ਦੀ ਮਿਲਟਰੀ ਆਈ ਸੀ ਬਲੋਚਾਂ ਦੀ ਮਿਲਟਰੀ ਆਈ ਸੀ ਉਹ ਫਿਰ ਮਿਲਟਰੀ ਦੀ ਗੱਡੀ ਲੈ ਕੇ ਨਾ ਪੰਜ ਸੱਤ ਬੰਦੇ ਉਹਨੀ ਬਰਛੇ ਬੁਰਛੇ ਲਏ ਜਦੋਂ ਤੁਸੀਂ ਲੱਦਿਆ ਸੀ ਸਮਾਨ ਅਸੀਂ ਲੱਦ ਕੇ ਪਿੰਡੋਂ ਬਾਹਰ ਆ ਗਏ ਸੀ ਬਾਹਰ ਆ ਗਏ ਸੀ ਅਸੀਂ ਬਾਹਰ ਨੇੜੇ ਆ ਗਏ ਸੀ ਵਸੀਮੇ ਦੇ ਉਹ ਅਸੀਂ ਐਨੂੰ ਸਿੱਧੇ ਆਏ ਸਾਡੇ ਪਿੰਡ ਨੂੰ ਇੱਕ ਰਾਹ ਆ ਵੀ ਆਉਂਦਾ ਸੀ ਉਹ ਪਡੋਲੀਆਂ ਸਿੱਧੇ ਉਧਰ ਨੂੰ ਆ ਗਏ ਉਹਨੇ ਅਚਾਨ ਕੇ ਆ ਕੇ ਨਾ ਗੱਡੀ ਦਾ ਇੱਕਦਮ ਆ ਜਾਂਦੀ ਆ ਬਿਲਕੁਲ ਗੱਡੀ ਦੇ ਵਿੱਚ ਬਹਾਰੇ ਦੋ ਬੰਦੇ ਦੋ ਗੱਡੀਆਂ ਸੀ ਉਹਨਾਂ ਦੀਆਂ ਉਹ ਫਿਰ ਆਏ ਉਹ ਫਿਰ ਆ ਕੇ ਲੁੱਟ ਮਚਾਈ ਦੁਨੀਆਂ ਦਾ ਕੋਈ ਦੇਖੇ ਨਾ ਨੇ ਬਸ ਉੱਦਾਂ ਹੀ ਕਿਸੇ ਸ਼ਰਾਬ ਪੀ ਕੇ ਲੁੱਟਣ ਗਿਆ ਕੋਈ ਕਿਸੇ ਤਰ੍ਹਾਂ ਗਿਆ ਬਿਲਕੁਲ ਸਾਡੇ ਪਿੰਡ ਦਾ ਇੱਕ ਆ ਧਰਮੀ ਗਿਆ ਸੀ ਜਿਹੜਾ ਕਿਸੇ ਦਾ ਸਿਆਣਾ ਆ ਉਹ ਵੀ ਮੰਗਾ ਜਿਹਾ ਸੀ ਉਹ ਵੀ ਅੰਦਰ ਵੜਿਆ ਸੀ ਉਹਦੇ ਕਹਿੰਦਾ ਮੇਰੇ ਹੁੰਦੇ ਦੀ ਇਹ ਗੱਲ ਆ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੀ ਮਰੇ ਉਹ ਪਰਾਉਣਾ ਸੀ ਸਾਡੇ ਪਿੰਡ ਦਾ ਮੰਡੇਰਾਂ ਦਾ ਮੁੰਡਾ ਆਇਆ ਇੱਥੇ ਉਹਦੀ ਭੈਣ ਵੀ ਆਈ ਉਹ ਸਾਲਾ ਸੀ ਉਹਦਾ ਲੱਗਦਾ ਅਤੇ ਉਹ ਆਇਆ ਸੀ ਉਹ ਉੱਥੇ ਮਾਰਿਆ ਉਹਨੇ ਅਤੇ ਉਹ ਜਾਨੂੰ ਉਹ ਕਹਿੰਦਾ ਉਹ ਵੀ ਮੈਂ ਮਰਿਆ ਦੇਖਿਆ ਪਰ ਉਹ ਕਹਿੰਦਾ ਜਿਸ ਵੇਲੇ ਉਹ ਬੜੇ ਅੰਦਰ ਨਾ ਉਸ ਵੇਲੇ ਇੱਦਾਂ ਸੀ ਵੀ ਉਹਨੇ 35 ਬੰਦੇ 36 ਉਦੋਂ ਮਾਰੇ ਬਲੋਚ ਰੈਜੀਮੈਂਟ ਨੇ ਗੋਲੀਆਂ ਮਾਰੀਆਂ ਬਾਕੀ ਉਹਨੇ ਬਾਰਸ਼ਿਆਂ ਨੇ ਵੀ ਮਾਰੇ ਇੱਕ ਉਸ ਟੋਭਾ ਸੀ ਨੇੜੇ ਲੱਤੋਂ ਫੜ ਕੇ ਘੜੀ ਸੀ ਉਹਦੇ ਵਿੱਚ ਬਹੁਤ ਸਿੱਟੇ ਉਹਨੇ ਉੱਥੇ ਲਾਇਆ ਫਿਰ ਦੁਕਾਨ 'ਤੇ ਚੰਗੀ ਘੜੀ ਬਹੁਤ ਮਾਰੇ ਬੰਦੇ ਜਿਹੜੇ ਲੁੱਟਣ ਗਏ ਸੀ ਜਿਹੜੇ ਲੁੱਟਣ ਗਏ ਸੀ ਉਹ ਉੱਥੇ ਮੋਨੇ ਬਹੁਤ ਮਰੇ ਅਸੀਂ ਤਾਂ ਨਿਕਲਿਆ ਬਾਹਰ ਜਾਣੂ ਜੇ ਤੁਸੀਂ 10 ਮਿੰਟ ਲੇਟ ਹੋ ਜਾਂਦੇ ਉਹ ਤਾਂ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਬਸ ਗਏ ਸੀ ਤਾਂ ਬਹੁਤ ਇੱਦਾਂ ਦੁਨੀਆਂ ਮਰੀ ਬੇਸਰੀ ਬਹੁਤ ਮਰੀ ਇੱਥੇ ਤਾਂ ਮੁੜ ਕੇ ਸੰਦੂਕ ਕਿਹਨੇ ਲਿਆ ਸੰਦੂਕ ਤਾਂ ਫਿਰ ਸਾਡੇ ਕੋਲ ਸੀ ਹੈਗਾ ਹਾਲੇ ਮੈਨੂੰ ਮੈਂ ਹੋਣਾ ਹੈ ਨਾ ਛੋਟਾ ਹੈ ਨਹੀਂ ਹੈ ਨਹੀਂ ਉਹ ਦੇ ਦਿੱਤਾ ਖਰਾ ਕਿਸੇ ਨੂੰ ਕੁੜੀਆਂ ਕੜੀਆਂ ਨੂੰ ਕਿਸੇ ਨੂੰ ਹੋਰ ਇੱਦਾਂ ਦੇ ਦਿੱਤਾ ਅਤੇ ਇੱਦਾਂ ਅਤੇ ਉਹ ਖੋਲੀਆਂ ਖਾਲੀਆਂ ਵੀ ਰਹੀਆਂ ਫਿਰ ਜੀ ਖੋਲੀਆਂ ਤਾਂ ਫਿਰ ਰਹੀਆਂ ਨਹੀਂ ਉਸ ਦੂਕਾਂ ਨੇ ਭਰ ਹੋਇਆ ਗੱਡਾ ਕਿੱਡਾ ਤੁਸੀਂ ਫਿਰ ਵਧੀਆ ਚੀਜ਼ ਚੁੱਕ ਲਈ ਮਾੜੀ ਚੀਜ਼ ਛੱਡ ਦਿੱਤੀ ਉਹਨੇ ਫਿਰ ਦਾਣੇ ਦੂਣੇ ਰੱਖ ਲਿਆ ਉਹਨੇ ਵੀ ਰੱਖਣਾ ਸੀ ਸਮਾਨ ਦੋ ਤਿੰਨਾਂ ਜਾਣਿਆਂ ਨਾਲ ਨਾਲ ਗਏ ਸੀ ਨਾਲ ਗਏ ਸੀ ਉਹ ਤਾਂ ਸਿਆਣੇ ਸੀ ਸਮਾਂ ਅਸੀਂ ਤਾਂ ਹਾਲੇ ਹੌਲੇ ਸੀ ਉਹ ਤਾਂ ਤਕੜੇ ਸੀਗੇ ਤਾਂ ਤੁਸੀਂ ਤਾਂ ਗੋਲੀਆਂ ਗਾਲੀਆਂ ਦੀ ਆਵਾਜ਼ ਸੁਣੀ ਨਹੀਂ ਸੁਣੀ ਗੋਲੀਆਂ ਦੀ ਆਵਾਜ਼ ਤਾਂ ਅਸੀਂ ਪਸੀਨਾ ਦਾ ਨਾਲ ਹੀ ਆ ਉਹ ਤਾਂ ਗੋਲੀ ਚੱਲ ਵੀ ਸੁਣੀ ਹੋਊਗੀ ਕਿਤੇ ਦੂਰ ਤੱਕ ਅੱਛਾ ਅੱਛਾ ਤਾਂ ਬੰਦੇ ਬਹੁਤ ਮਾਰੇ ਉਹਨੇ ਫਿਰ ਉਹ ਇੱਥੋਂ ਦੀ ਗਈ ਮਿਲਟਰੀ ਪਿੰਡਾਂ ਦੇ ਵਿੱਚ ਵੀ ਉਹਨੇ ਬੰਦੇ ਬਹੁਤ ਮਾਰੇ ਅੱਛਾ ਇੱਥੋਂ ਦੀ ਗਈ ਤਾਂ ਸਾਡੇ ਪਿੰਡ ਵੀ ਉਹਨੇ
ਸਾਡੇ ਪਿੰਡ ਤੋਂ ਬਚ ਗਿਆ ਗਾਹਾਂ। ਸਾਡੇ ਪਿੰਡ ਦੇ ਦੋ ਚਾਰ ਗਏ ਸੀਗੇ ਰਹਾਣੇ ਵਾਲਿਆਂ ਦੇ ਕੋਲ, ਇੱਥੇ ਖਰਾ ਕੀ ਲੈਣ ਗਏ ਸੀ, ਇੱਕ ਸੂਬੇਦਾਰ ਸੀ ਅਤੇ ਨਾਲ ਪੰਜ ਚਾਰ ਹੋਰ ਸੀ। ਉਹ ਜਦੋਂ ਗੱਡੀਆਂ ਆਈਆਂ ਤਾਂ ਉਹਨੇ ਖੜੀ ਕੀਤੀ ਗੱਡੀ, ਕਿ ਤਲਾਸ਼ੀਆਂ ਪਿੰਡ 'ਚ ਲੈਂਦੇ ਸੀ ਨੇੜੇ ਨੇੜੇ, ਕੋਈ ਇਹਨਾਂ ਕੌਸਲਾ ਹੋਵੇ ਤਾਂ ਲੈ ਦੇਈਏ। ਉੱਥੇ ਗੱਡੀ ਖੜੀ ਕੀਤੀ ਤਾਂ ਉੱਥੇ ਵੀ ਬੰਦੇ ਉਹ ਇਹ ਤਾਂ ਬੱਚੇ ਸਲੂਟ ਸਲਾਟ ਮਾਰਿਆ, ਉਹ ਬੈਠਕਾਂ ਦੀਆਂ ਬੜੀਆਂ ਕਢਾਈਆਂ, ਕਹਿੰਦਾ ਮਾਰ ਲੈਣਾ ਸੀ ਸੂਬੇਦਾਰ ਹੋਵੇ ਕੋਈ ਹੋਵੇ ਸਾਨੂੰ ਅਸੀਂ ਤਾਂ ਮਾਰਨੇ ਆ। ਅੱਛਾ ਜੀ, ਇਹ ਤਾਂ ਬਚ ਗਿਆ। ਫਿਰ ਉਹਦਾ ਮਿੰਨਤਾਂ ਮੁੰਨਤਾਂ ਕੀਤੀਆਂ, ਸਲੂਟ ਮਾਰਿਆ, ਮਿਲਟਰੀ 'ਚ ਪੁੱਛਿਆ ਵੀ ਮੈਂ ਇੱਦਾਂ ਰਿਹਾ ਵੀ ਸਾਡਾ ਤਾਂ ਕਸੂਰ ਨਹੀਂ, ਅਸੀਂ ਤਾਂ ਸਮਝੌਤੇ ਵਾਸਤੇ ਆਏ ਹਾਂ। ਅੱਛਾ ਅੱਛਾ ਅੱਛਾ, ਅਤੇ ਹਰਾਣਾ ਕਲਾਂ ਦੀ ਗੱਲ, ਰਹਾਣਾ ਕਲਾਂ ਦੀ। ਉੱਥੋਂ ਫਿਰ ਵਿਆਹ ਦੇ ਵਿੱਚ ਆਉਂਦਿਆਂ ਫਿਰ ਇੱਦਾਂ ਪਤਾ ਲੱਗਾ ਫਰਾਂਸਾ ਇੰਨੇ ਮਾਰੇ ਸੜਕ ਦੇ ਕੰਢੇ ਕੰਢੇ, ਬੰਦੇ ਵੀ ਉਹਨੇ ਮਾਰੇ ਬਹੁਤ। ਅੱਛਾ ਅੱਛਾ, ਜਿਹੜਾ ਹੱਥ ਹੈ ਗੋਲੀ ਮਾਰ ਦੇਣੀ, ਜਿਹੜਾ ਹੱਥ ਹੈ ਗੋਲੀ ਮਾਰ ਦੇਣੀ। ਅੱਛਾ, ਲੁੱਟਣ ਗਏ ਵੀ ਕਈਆਂ ਪਿੰਡਾਂ 'ਚ ਮਾਰੇ ਉਹਨੂੰ, ਠੀਕ, ਅਤੇ ਉਹਨੇ ਕਿਹਾ ਪਿੰਡਾਂ 'ਚ ਲੁੱਟ ਮਚਾਈ ਹੋਈ ਨਹੀਂ। ਅਤੇ ਸਮਾਨ ਇਹ ਸਮਾਨ ਤਾਂ ਫਿਰ ਮੁੜ ਗਿਆ ਨਹੀਂ, ਪਤਾ ਨਹੀਂ ਕੌਣ ਲੈ ਗਿਆ ਕੌਣ ਨਹੀਂ, ਗੌਰਮੈਂਟ ਨੇ ਫਿਰ ਬੰਦੇ ਛੱਡ ਦਿੱਤੇ ਮਗਰ। ਅਤੇ ਉਹਨਾਂ ਦਾ ਸਮਾਨ ਜਿਹੜਾ ਲਿਆ ਸੀ ਉਹ ਵੀ ਕਹਿਣਾ ਇਕੱਠਾ ਕਰੋ, ਐਂ ਕਰੋ, ਉਹਨਾਂ ਨੂੰ ਅਸੀਂ ਭੇਜਣਾ ਆ, ਖਾ ਖੂ ਲਿਆ ਇੱਦਾਂ, ਜਿਹੜੇ ਵਿੱਚ ਬੜੇ ਬੜੇ ਬੰਦੇ ਸੀ ਉਹਨੂੰ। ਉਦੋਂ ਹੱਥ ਇੱਦਾਂ ਬੜਿਆਂ ਲੋਕਾਂ ਦਾ ਬਹੁਤ ਇੱਧਰ ਲੁੱਟ ਮਾਰਦਾ ਵਿੱਚ ਪਿਆ, ਇੱਦਾਂ ਦਾ ਕੰਮ ਉਦੋਂ ਰੌਲਿਆਂ 'ਚ ਅਸੀਂ ਦੇਖਿਆ ਆਪਣੇ ਅੱਖੀਂ। ਤੁਸੀਂ ਹੋਰ ਪਿੰਡ ਨਹੀਂ ਗਏ ਕਿਸੇ ਹੋਰ ਪਿੰਡ? ਲੁੱਟ ਲੱਟ ਤਾਂ ਫਿਰ ਉਦੋਂ ਪਈ ਸੀ, ਕਿਤੇ ਜਾਣ ਦਾ ਵੀ ਸਮਾਂ ਨਹੀਂ ਸੀ, ਕਿਉਂਕਿ ਨਾਮਲੇ ਪਿੰਡ ਹੈਦਾ ਹੀ ਸੀ ਆਪਣੇ ਪਿੰਡ ਬਸ। ਤਨੂਲੀ ਦੇ ਸੀ, ਮੈਨੂੰ ਲੱਗਦਾ ਇਹ ਤਾਂ ਬੜੇ ਚੈਨ ਨਾਲ ਹੀ ਗਏ, ਇਹ ਬਹੁਤ ਇਹ ਨਹੀਂ ਕਿਤੇ ਵੀ ਗਏ ਕਿਸੇ। ਇਹ ਸਮਾਂ ਜਿਹੜੇ ਬਾਹਰੋਂ ਕੈਂਪ 'ਚੋਂ ਆਉਂਦੇ ਸੀ ਰੋਟੀ ਲੈਣ, ਇੱਥੋਂ ਆਉਂਦੇ ਰਹੇ, ਕਹਿੰਦੇ ਰੋਟੀ ਤੁਸੀਂ ਪਹੁੰਚਾਉਂਦੇ ਰਹੇ? ਹਾਂ, ਰੋਟੀ ਸਾਡੇ ਪਿੰਡ ਵਾਲੇ ਰੋਟੀ ਵੀ ਪਹੁੰਚਾਉਂਦੇ ਰਹੇ। ਜਿਹੜੇ ਸੱਜਣ ਸੀ ਮਿੱਤਰ, ਕਹਿਣਾ ਵੀ ਸਾਡੇ ਨਿਆਣੇ ਵੀ ਭੁੱਖੇ ਆ, ਕਹਿੰਦਾ ਰੋਟੀਆਂ ਹੋਰ ਪਕਾ ਕੇ ਭੇਜ। ਸਾਡੇ ਪਿੰਡ ਵਾਲਿਆਂ ਦਾ ਬਹੁਤ ਉਹਨਾਂ ਮਦਦ ਰੱਖੀ ਆ, ਕਿਸੇ ਆਦਮੀ ਕਿਸੇ ਸਾਲ ਸਿੱਖਾਂ ਦਾ ਪਿੰਡ ਸੀ ਸਾਰਾ। ਹਾਂਜੀ, ਕਹਿੰਦੇ ਬੀਬੀ ਦੀ ਪੰਡੋਰੀ ਦੇ ਵਿੱਚ ਵੀ ਮੁਸਲਮਾਨ ਜੱਟ ਸੀਗੇ, ਸੱਚੀ ਗੱਲ? ਮੁਸਲਮਾਨ ਰੌਲ ਬਹੁਤ ਸੀ ਉਹਦੇ ਵਿੱਚ, ਬਹੁਤ ਸੀ ਹਾਂਜੀ। ਅਤੇ ਜਿਹੜੇ ਸੀਗੇ ਮੁਸਲਮਾਨ ਜੱਟ ਨਹੀਂ ਸੀ ਸੀਗੇ, ਖੇਤੀ ਕਰਦੇ, ਜ਼ਮੀਨਾਂ ਸੀਗੀਆਂ, ਜੱਟਾਂ ਦਾ ਸਾਂਝ ਬੜੀ ਸੀ, ਠੀਕ, ਸਾਡਾ ਵਸੀਮਾ ਨਾਲ ਹੀ ਆ, ਅਤੇ ਸਾਡੇ ਖੂਹ ਖਾ ਉੱਧਰ ਨਹੀਂ ਹੁੰਦੇ ਸੀ। ਉੱਥੇ ਦੇ ਬੰਦਿਆਂ ਦੇ ਕੁਝ ਨਾਂ ਚੇਤੇ? ਉੱਥੇ ਦੇ ਨਾਂ ਇੱਕ ਹੁੰਦਾ ਸੀ ਇਹ ਗੁਰਬਖਸ਼ੇ, ਹੁਣ ਉਹਨਾਂ ਨਾਲ ਰਹਿੰਦਾ ਹੁੰਦਾ ਸੀ, ਮੁਸਲਮਾਨ ਮੁਸਲਮਾਨ ਬਦਮਾਸ਼ ਹੀ ਸੀ ਉਹ, ਉਹਦਾ ਨਾਂ ਪਤਾ ਨਹੀਂ ਕੋਈ ਸੀਗਾ, ਹੁਣ ਚੇਤਾ ਹੀ ਪਤਾ। ਰੌਲ ਸੀ ਰੌਲ? ਨਹੀਂ, ਜੈ ਸਿੱਖ ਸੀਗਾ, ਬਹੁਤ ਖੇਤੀ ਕਰਦੇ ਸੀ ਸਾਡੇ ਪਿੰਡ। ਸਿੱਖ ਕੇ ਮੁਸਲਮਾਨ? ਨਹੀਂ, ਮੁਸਲਮਾਨ ਸੀ, ਮੁਸਲਮਾਨ ਵੀ ਖੇਤੀ ਕਰਦੇ। ਕਹਿੰਦੇ ਜਾਵਾ ਸਮਾਟਰਾ ਬਹੁਤ ਗਏ ਸੀ ਇੱਥੇ ਦੇ, ਹੈਂ, ਬੀਬੀ ਦੀ ਪਨੋਰੀ ਦੇ ਜਾਵਾ ਸਮਾਟਰਾ ਬਹੁਤ ਗਏ ਸੀ। ਰੌਲ 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 ਬਹੁਤ ਸੀ, ਰੌਲਾਂ ਨੇ ਉਦੋਂ ਵਪਾਰ ਕਰਕੇ ਫਿਰ ਇੱਥੇ ਆਉਣਾ, ਅਤੇ ਰਹਿੰਦੇ ਬੜੇ ਉਹ ਸੌਦਾਗਰ ਸੀਗੇ ਕਿਸਮ ਦੇ, ਰੌਲ ਬੜਾ ਰੌਲਣੀਆਂ ਸਾਡੇ, ਅਸੀਂ ਜਦੋਂ ਜਵਾਰ ਖੇਤਾਂ ਦੇ ਵਾਹੁਣੇ ਤਾਂ ਮੁੰਢ ਚੁੱਕ ਰਿਆਲੀਆਂ ਪਿੰਡਾਂ। ਅੱਛਾ, ਆ ਜਵਾਰ ਮੁੰਢ ਹੁੰਦੇ ਨਾ ਜਵਾਰ ਦੇ, ਅੱਗ ਬਾਲਣ ਲਈ, ਅੱਗ ਬਾਲਣ ਲਈ ਇਕੱਠੀਆਂ ਕਰਕੇ ਰੌਲਣੀਆਂ ਬਹੁਤ ਹੋਈਆਂ, ਰੌਲ ਜ਼ਿਆਦਾ ਸੀ ਇੱਥੇ, ਰੌਲਾਂ ਸੌਦੇ ਕਰਨੇ, ਅੰਬਾਂ ਦੇ ਬਾਗ ਲਏ ਹੋਣੇ। ਅੱਛਾ ਅੱਛਾ, ਬਾਗ ਲਏ ਹੋਣੇ ਤਾਂ ਉਹ ਸਾਡੇ ਇੱਕ ਮੁਹੰਮਦ ਹੁਸੈਨ ਸੀ ਉਹਦਾ ਨਾਂ, ਮੁਹੰਮਦ ਹੁਸੈਨ। ਉਹ ਫਿਰ ਗੱਡੇ ਲੱਦਣੇ ਸੀ ਅੰਬਾਂ ਦੇ ਸਾਡੇ ਪਿੰਡ ਦੇ ਜਾਣਾ, ਅਸੀਂ ਵੀ ਜਾਂਦੇ ਰਹੇ ਹਾਂ ਗੱਡਾ ਲੈ ਕੇ, ਗੱਡਾ ਲੈ ਕੇ ਜਲੰਧਰ ਤੱਕ, ਗਰਾਇਆਂ ਨੂੰ ਜਾਂਦੇ ਹੁੰਦੇ ਸੀ, ਆਹ ਫਗਵਾੜੇ ਵੱਲ ਨੂੰ ਬਹੁਤ ਜਾਂਦੇ ਸੀ, ਫਗਵਾੜੇ ਗਰਾਇਆਂ ਵਾਲਾ, ਤਾਂ ਫਗਵਾੜੇ ਨੂੰ ਤਾਂ ਨਹੀਂ ਜਾਂਦੇ ਸੀ, ਨਾ ਇੱਧਰ ਨੂੰ ਨਹੀਂ ਜਾਂਦੇ ਜਲੰਧਰ ਰਾਣੀ, ਇੱਧਰ ਬਹੁਤ ਜਾਂਦੇ ਸੀ। ਅਤੇ ਉਹ ਫਿਰ ਇੱਥੋਂ ਜਿਸ ਵੇਲੇ ਗੱਡੇ ਹਾਕੇ ਤਾਂ ਉਹ ਨਾਲ ਨਹੀਂ ਜਾਣਾ, ਗੱਡੇ 'ਤੇ ਲਾ ਦੇਣੇ, ਤਾਂ ਫਿਰ ਉਹਨੂੰ ਕਹਿਣਾ ਮੈਂ ਮਗਰੋਂ ਆਊਂਗਾ, ਮਗਰੋਂ ਬੱਸ 'ਚ ਆਉਣਾ। ਅਤੇ ਜਿਹੜੇ ਗੱਡੇ ਕਿਤੇ ਰਾਹ ਦੇ ਵਿੱਚ ਕਿਤੇ ਦੇਖ ਕੇ ਬੱਸ ਖੜੀ ਕਰਾ ਕੇ ਤਾਂ ਦੇਖ ਲੈਣਾ ਵੀ ਸਾਡੇ ਆਮ ਜਾਂਦੇ ਆ, ਲਾਲਾ ਲੱਗਾ ਹੋਣਾ ਗੱਡਿਆਂ ਦੇ, 10 ਗੱਡੇ ਹੋਣੇ ਤਾਂ ਪਾਰ ਕਰਨੀ। ਜੀ ਜੀ, ਤੁਹਾਡੇ ਪਿੰਡ ਵੀ ਆਮ ਕਾਫੀ ਸੀਗੇ? ਸਾਡੇ ਪਿੰਡ ਦਾ ਇੱਕ ਬੜਾ ਬਾਗ ਇਹਦੇ ਬੜਾ ਮਸ਼ਹੂਰ ਸੀਗਾ, ਫਿਰ ਇੱਥੇ ਨਾਲ ਲੱਗਦਾ ਸਾਡੇ ਫਾਤਮਾ ਦੇ ਫੱਤੂ ਦਾ ਬਾਗ ਉਹਨੂੰ ਕਹਿੰਦੇ, ਉਹ ਵੀ ਬਹੁਤ। ਫੱਤੂ ਦਾ ਬਾਗ, ਫੱਤੂ ਕੌਣ ਸੀ? ਫੱਤੂ ਪਤਾ ਨਹੀਂ, ਕੋਈ ਸਿਆਣਾ ਹੋਊਗਾ, ਉਹਦੇ ਵਿੱਚ ਖੂਹ ਲੱਗਾਇਆ ਸੀ, ਬਾਅਦ ਦੇ ਵਿੱਚ ਤਾਂ ਉਹਦਾ ਫੱਤੂ ਦਾ ਬਾਗ ਵੱਜਦਾ ਸੀ। ਅੱਛਾ ਜੀ, ਅਤੇ ਉਹਦੇ ਵਿੱਚ ਮੁਸਲਮਾਨ ਦੀਆਂ ਕਬਰਾਂ ਵੀ ਦੋ ਤਿੰਨ ਸੀਗੀਆਂ, ਅਤੇ ਉਹ ਫਿਰ ਜ਼ਮੀਨ ਸੀ ਉਹਦੇ ਮਗਰ, ਉਹਦਾ ਬਾਅਦ ਉਹ ਵਿਕੇ ਗਈ ਮੁਸਲਮਾਨਾਂ ਦੀ ਸੀ। ਅੱਛਾ ਜੀ, ਅਤੇ ਇਹ ਇੱਥੇ ਬਾਗ ਤਾਂ ਸਾਡੇ ਪਿੰਡ ਇਸ ਨੇੜੇ ਨੇੜੇ ਬਹੁਤ ਹੁੰਦੇ, ਇੱਕ ਤਾਜੋ ਵਾਲਾ ਬਾਗ ਬੜਾ ਮਸ਼ਹੂਰ ਸੀ, ਬਾਗ ਬਹੁਤ ਹੁੰਦੇ ਸੀ। ਆਪਸ 'ਚ ਲੜਾਈ ਝਗੜਾ ਤਾਂ ਨਹੀਂ ਸੀ ਕੋਈ ਮੁਸਲਮਾਨਾਂ ਦਾ ਜਾਂ ਸਿੱਖਾਂ ਦਾ? ਨਹੀਂ ਨਹੀਂ, ਕੋਈ ਝਗੜਾ ਨਹੀਂ ਸਾਡੇ ਇੱਧਰ, ਨਹੀਂ ਸੀ ਕੋਈ ਵੀ ਝਗੜਾ। ਤੁਹਾਡੇ ਪਿੰਡ ਵਾਲਿਆਂ ਦੀ ਜ਼ਿਆਦਾ ਸਾਂਝ ਹਰਾਣਾ ਕਲਾਂ ਦੇ ਵਾਲਿਆਂ ਨੇ ਸੀ? ਜਿਹੜੇ ਮੁਸਲਮਾਨ ਸੀ ਨਾ ਇਹ ਰਾਜਪੂਤ ਸੀ, ਇਹਨਾਂ ਦੀਆਂ ਜ਼ਮੀਨਾਂ ਸਮਾਂ ਜ਼ਿਆਦਾ ਸੀ, ਤਕੜੇ ਸੀ, ਤਕੜੇ ਸੀ ਇਹ, ਇਹਨਾਂ ਦੀ ਬਾਹਰ ਪੁਲਿਸ ਦੇ ਵਿੱਚ ਵੀ ਬਾਹਰ ਠਾਣਿਆਂ ਠੂਣੇ 'ਚ ਇਹਨਾਂ ਦੇ ਅਫਸਰ ਜ਼ਿਆਦਾ ਸੀ।
ਮੁਸਲਮਾਨਾਂ ਦੇ ਵਿੱਚ ਅਫਸਰ ਬਹੁਤ ਸੀਗੇ, ਮੁਸਲਮਾਨ ਹੀ ਪੁਲਿਸ ਦੇ ਵਿੱਚ ਜ਼ਿਆਦਾ ਸੀਗੇ ਅਫਸਰ, ਅਤੇ ਉਦੋਂ ਸਿੱਖ ਵੀ ਸੀਗੇ, ਪਰ ਇਹਨਾਂ ਦਾ ਆਪਸ ਵਿੱਚ ਕੋਈ ਏਡਾ ਨਹੀਂ ਸੀ, ਇੱਕ ਦੂਜੇ ਨਾਲ ਮਿਲਣ ਵਰਤਣ ਦਾ ਬਣਿਆ ਸੀ। ਠੀਕ, ਜਿਹੜੇ ਤੁਹਾਡੇ ਪਿੰਡ ਦੇ ਸੀਗੇ ਜੀ, ਉਹ ਤਾਂ ਕਹਿੰਦੇ ਰਹਿ ਗਏ ਇੱਥੇ ਨਾ ਜੀ, ਕੁਛ ਮੁਸਲਮਾਨ ਰਹੇ ਸਾਡੇ ਪਿੰਡ ਦੇ, ਹਾਲੇ ਵੀ ਸਾਡੇ ਸਾਂਝ ਬੜੀ ਸੀ, ਤੇਲੀਆਂ ਦੇ ਸੀ ਘਰ, ਸਾਰੇ ਤੇਲੀਆਂ ਦੇ ਘਰ ਸੀ, ਤੇਲੀਆਂ ਦੇ ਘਰ ਸੀਗੇ ਜਾਂ ਫਿਰ ਗੁੱਜਰ ਸੀ, ਗੁੱਜਰ ਵੀ ਸੀਗੇ, ਗੁੱਜਰ ਤੱਕ ਸਾਡੇ ਨਾਲ ਹੀ ਹੁੰਦਾ ਸੀ, ਉਹਨੂੰ ਹੁਣ ਜ਼ਮੀਨ ਪੈ ਗਈ ਹੋਈ ਆ ਨਨਕਾਣੇ ਸਾਹਿਬ ਦੇ ਕੋਲ, ਉਹ ਤਾਜੋਵਾਲ ਦਾ ਪਟਵਾਰੀ ਹੁੰਦਾ ਸੀ, ਉਹਦੀ ਲੜਕੀ ਸੀ, ਉਹਨੂੰ ਵਿਆਹੀਏ ਇਹ ਵੱਟਾ ਕਰ ਲੈਂਦੇ ਸੀ ਮੁਸਲਮਾਨ। ਕੀ ਨਾਂ ਕੀ ਸੀ ਉਹਦਾ ਜੀ? ਉਹਦਾ ਨਾਂ ਸੀ ਭੁੱਲਾ, ਜਿਹੜਾ ਉੱਥੇ ਤਰਨ ਉੱਥੇ ਦੂਏ ਨਨਕਾਣੇ ਸਾਹਿਬ ਦੇ ਕੋਲ ਜ਼ਮੀਨ ਉਹਨੂੰ ਪਈ ਹੋਈ ਆ, ਭੁੱਲਾ। ਆਹੋ, ਸਾਡੇ ਪਿੰਡ ਦਾ ਹੁੰਦਾ ਗੁੱਜਰ, ਜਿਹੜਾ ਮਿਰਕੀ ਹੁੰਦਾ ਸੀ, ਉਹਦਾ ਨਾਂ ਮਿਰਕੀ ਸੀ, ਜਿਹੜੇ ਉੱਧਰ ਦੇ ਨਾਲ ਦੇ ਲੋਕ ਚਲੇ ਗਏ ਉਹਨਾਂ ਨਾਲ, ਉਹ ਰਿਸ਼ਤੇਦਾਰੀਆਂ ਵੀ ਉਹ ਵੀ ਜਾਣਦੇ, ਕੁੜੀਆਂ ਵੀ ਆਉਂਦੀਆਂ ਨੇ ਕਹਿੰਦੇ ਮਿਲਣ ਮਿਲਣ। ਹਾਂਜੀ, ਸ਼ਹੀਦੋ ਸੀ ਇੱਕ ਨਾਲ ਸਾਨੂੰ ਮਿਲਣ ਕਈ ਵਾਰੀ ਆਉਣਾ, ਇਹ ਵੀ ਜਾ ਆਉਂਦੇ ਸੀ ਮਿਲਣ, ਪਾਸ ਬਣਾ ਕੇ ਜਾਣਾ ਪੈਂਦਾ ਸੀ, ਮਹੀਨਾ ਕੋਈ ਰਹਿ ਪਏ, ਦੋ ਮਹੀਨੇ ਰਹਿ ਪਏ, ਰਹਿ ਵੀ ਜਾਂਦੇ ਸੀ। ਅਤੇ ਇੱਥੇ ਇੱਥੇ ਸਾਡੇ ਖਾਨ ਗਾਹ ਦੇ ਉੱਤੇ ਆਉਂਦੇ ਹੁੰਦੇ ਸੀ। ਇਹ ਤੁਹਾਡੇ ਪਿੰਡ 'ਚ ਹੀ ਆ? ਉਹ ਰਹਾਣੇ 'ਚ ਆ, ਹਰਿਆਣਾ ਕਲਾਂ 'ਚ। ਹਾਂ, ਇੱਥੇ ਖੇਤਾਂ ਦੇ ਨਾਲ ਹੀ, ਇੱਥੇ ਕੋਈ ਕੀ ਨਾਂ ਕੀ ਉਹਦਾ? ਉਹਦਾ ਕਵਰ ਹੈਗੀ ਆ, ਕਵਰ ਕਵਰ ਹੀ ਆ, ਉਹ ਆਪਣਾ ਹੀ ਉਹ 'ਤੇ ਮੇਲੇ 'ਤੇ ਆਉਂਦੇ ਆ, ਕਿਤੇ ਕਿਤੇ ਆਉਂਦੇ, ਹਾਲੇ ਵੀ ਇੱਥੇ ਜਾਂ ਖਾਕੀ ਸ਼ਾਹ ਆਉਂਦੇ ਹੁੰਦੇ ਸੀ, ਖਾਕੀ ਸ਼ਾਹ ਮਸ਼ਹੂਰ ਸੀ। ਹਾਂ, ਖਾਕੀ ਸ਼ਾਹ ਵੀ ਆਉਂਦੇ ਸੀ। ਠੀਕ ਜੀ, ਠੀਕ। ਅਤੇ ਉੱਦਾਂ ਮਿਲਣ ਜਾਂਦੇ ਹੁੰਦੇ, ਪਹਿਲਾਂ ਆਵਾਜ਼ ਆ ਵੀ ਸੀ, ਫਿਰ ਕੁਛ ਲੋਕ ਘੱਟ ਗਏ ਕਿਉਂਕਿ ਵਾਕ ਵੀ ਘੱਟ ਗਏ, ਪੁਰਾਣੇ ਪਹਿਲਾਂ ਜਿੰਨੇ ਕੁ ਮੁੰਡੇ ਜਾਣਦੇ ਇੱਕ ਦੂਜੇ ਨੂੰ ਜਾਂਦੇ ਹੁੰਦੇ ਸੀ, ਜਿਉਂ ਜਿਉਂ ਪੁਰਾਣਾ ਹੋ ਗਿਆ ਫਿਰ ਹਟ ਗਿਆ। ਇੱਦਾਂ ਹੀ ਆ, ਜਦੋਂ ਬਜ਼ੁਰਗ ਜਾਂਦੇ ਲੱਗਦੇ ਆ। ਆਹੋ, ਅਤੇ ਇੱਥੋਂ ਦੀ ਤੁਸੀਂ ਕਾਫਲੇ ਤਾਂ ਤੁਹਾਡੇ ਇੱਥੋਂ ਦੀ ਬਹੁਤ ਲੰਘੇ ਹੋਣੇ ਨਾ? ਕਾਫਲੇ ਤਾਂ ਬਹੁਤ ਸਾਲ ਲੰਘੇ ਮੁਸਲਮਾਨ ਦੇ, ਅਸੀਂ ਦੇਖਦੇ ਰਹੇ ਹਾਂ, ਲੁੱਟ ਖੋ ਗਏ, ਚੂੜੋ ਵਾਲੀ ਜਾ ਕੇ ਫਿਰ ਹੜ ਆ ਗਿਆ, ਬਹੁਤ ਭਾਰਾ, ਮਰੇ ਬਹੁਤ ਮੁਸਲਮਾਨ, ਲਾਸ਼ਾਂ ਤਾਂ ਫਿਰ ਤਾਂ ਤੰਗ ਹੋਈਆਂ ਸੀ, ਦਰਸਾਂ ਦੇ ਪਾਣੀ ਦਾ ਪਤਾ ਹੀ ਨਹੀਂ ਲੱਗਾ ਵੀ ਇੰਨਾ ਕਿੱਥੋਂ ਆ ਗਿਆ ਪਾਣੀ। ਹਾਂਜੀ, ਤੁਸੀਂ ਰਹਿਮੇ ਦੀ ਗੱਲ ਕਰਦੇ ਆ, ਬੀਬੀ ਦੀ ਪੰਡੋਰੀ ਵਾਲੇ ਦੀ? ਹਾਂਜੀ, ਉਹ ਆਪਣੇ ਕਿੱਥੋਂ ਗੱਲ ਮੁੱਕੀ ਸੀ? ਇੱਕ ਤਾਂ ਬਹੁਤ ਬੜੇ ਵਧੀਆ ਰੱਖਦੇ ਸੀ। ਬਹੁਤ ਉਹ ਜਾਂਦਾ ਸਾਰੋ ਹੁੰਦਾ ਸੀ ਅੱਤੋਵਾਲ ਦਾ, ਉਹਨੂੰ ਬਹਿੜਾ ਦੇ ਕੇ ਗਏ ਉਹ। ਅੱਛਾ ਅੱਛਾ ਅੱਛਾ, ਬਹਿੜਾ ਦੇ ਕੇ ਗਏ, ਯਾਦ ਨਾ, ਬਹਿੜਾ ਬੜੇ ਪਿਆਰ ਨਾਲ ਪਾਲਿਆ ਸੀ, ਉਹਨੇ ਬਹੁਤ ਸੇਵਾ ਕਰਦੇ ਸੀ, ਉਹਨਾਂ ਬਹੁਤ ਮਸ਼ਹੂਰ ਸੀ। ਤਾਂ ਉਹ ਜਿਸ ਵੇਲੇ ਸਾਡੇ ਪਿੰਡ ਦਾ ਤੇਲੀ ਗਿਆ ਪਾਕਿਸਤਾਨ ਨੂੰ ਜੀ, ਅਤੇ ਉੱਥੇ ਜਾ ਕੇ ਜਿਸ ਵੇਲੇ ਕੋਲ ਦੀ ਲੰਘਿਆ, ਤਾਂ ਉਹ ਉਹਦਾ ਘਰ ਸੀਗਾ ਗੁਰਦੁਆਰੇ ਨੇੜੇ ਸੀਗਾ, ਉੱਥੋਂ ਜਿਹੜੇ ਲੰਘਿਆ ਤਾਂ ਉਹ ਗੇੜਾ ਮਾਰਿਆ, ਤਾਂ ਮੁਸਲਮਾਨ ਦੇ ਕਾਰਨ ਇਕੱਠੇ ਹੋ ਕੇ ਹੁੱਕਾ ਕਾ ਪੀਂਦੇ, ਜਿਹੜੇ ਉਹਦੇ ਇਕੱਠੇ ਹੋ ਜਾਂਦੇ ਸੀ ਜੀ, ਉਹ ਉਹਨਾਂ ਦੇ ਘਰ ਦਾ ਇਕੱਠੇ ਹੋਏ ਬੈਠੇ ਇੱਦਾਂ, ਅਤੇ ਇਹ ਕੋਲ ਦੀ ਲੰਘਿਆ, ਦਰਵਾਜ਼ਾ ਖੁੱਲ੍ਹਾ ਤਾ, ਇਹ ਕਹਿੰਦੇ ਬੰਦਾ ਕੋਈ ਲੰਘਿਆ, ਇਹ ਜਾਂਦਾ ਕਹਿੰਦਾ ਉਹ ਸੂਰੋ ਇੱਥੇ ਹੀ ਕਰਦੇ ਹਾਂ, ਮਿਲ ਗਿਆ ਸੀ ਇਹਦਾ ਵੀ ਮੁੰਡਾ ਉੱਧਰ ਸੀ, ਇਹਨੇ ਜਦੋਂ ਇੱਦਾਂ ਮਾਰਿਆ ਕਹਿੰਦਾ ਕਿਹੜਾ ਹੋਊਗਾ, ਆਇਆ ਇੱਦਾਂ ਕਹਿ ਕੇ ਗਿਆ ਸਾਨੂੰ, ਜਦ ਦੇਖਿਆ ਗਾਹਾਂ ਝੁੰਬੜ ਜਿਹਾ ਮਾਰ ਕੇ ਗਾਹਾਂ ਲੰਘ ਗਿਆ, ਦੂਜੀ ਵਾਰੀ ਫਿਰ ਮਾਰਿਆ, ਉਹ ਸੂਰੋ ਕੀ ਕਰ ਰਹੇ ਹਾਂ, ਸਾਨੂੰ ਫਿਰ ਮੇਰੇ ਤਾਂ ਉਹਨੇ ਜੱਫੀਆਂ ਪਾਈਆਂ, ਬੜੇ ਖੁਸ਼, ਸਾਡੇ ਇਲਾਕੇ ਦਾ ਬੰਦਾ ਆਇਆ, ਨੇੜੇ ਦਾ ਅਸੀਂ ਘਰ ਸਾਰਿਆਂ ਨੂੰ ਜਾਣਦੇ, ਤੇਲ ਵੇਚਦੇ ਹੁੰਦੇ ਸੀ ਸਾਰੇ ਪਿੰਡਾਂ 'ਚ, ਅਤੇ ਇਹ ਉਹ ਜਿਸ ਵੇਲੇ ਉੱਥੇ ਆਇਆ, ਅਤੇ ਉਹ ਕਹਿੰਦੇ ਇਹ ਉਹ ਉਹਨਾਂ ਦੀ ਬੁੜੀ ਨਿਕਲੀ, ਕਹਿੰਦੀ ਸਾਡੇ ਬਹਿੜੇ ਦਾ ਦੱਸ ਪਹਿਲਾਂ, ਉਹ ਜਿਹੜਾ ਬਹਿੜਾ ਸੀ ਸਾਡਾ ਨਾ, ਉਹਦਾ ਕਿੱਦਾਂ, ਕਹਿੰਦਾ ਉਹਦਾ ਸਾਰੋ ਸੇਵਾ ਬਹੁਤ ਕਰਦਾ, ਉਹਦਾ ਐਡੀ ਝੋਠਿਆ ਇੱਦਾਂ ਦਾ, ਕਾਲੀਆਂ ਉਹਦੀਆਂ ਅੱਖਾਂ ਸੀ, ਬਹੁਤ ਸੁਨੱਖਾ ਸੀ ਬਹਿੜਾ ਵੀ, ਅਤੇ ਉਹ ਕਹਿੰਦੇ ਹੁਣ ਬਹਿੜੇ ਦੀ ਗੱਲ ਕਹਿੰਦਾ ਪੁੱਛੀ ਸਾਰੇ ਦੇ ਪੁੱਛੀ ਸਭ ਤੋਂ ਪਹਿਲਾਂ, ਇਹਦਾ ਇੰਨਾ ਸ਼ੌਕ ਸੀ ਉਹਨਾਂ ਨੂੰ। ਉਹ ਰਹਿਮੇ ਦੇ ਭਰਾ ਦਾ ਕੀ ਨਾਂ ਸੀ? ਹੈਂ, ਰਹਿਮੇ ਦੇ ਭਰਾ ਦਾ ਨਾਂ ਦਾ ਮੈਨੂੰ ਪਤਾ, ਰਹਿਮਾ ਤਾਂ ਮਸ਼ਹੂਰ ਸੀ ਨਾ। ਕਦ ਵੀ ਮੈਂ ਐਡਾ ਨਹੀਂ ਦੇਖਿਆ, ਉੱਦਾਂ ਮੈਂ ਉਹਦੇ ਭਰਾ ਹੁਣ ਭੁੱਲ ਗਿਆ ਚੇਤਾ, ਅਸੀਂ ਹੌਲੇ ਸੀ ਜਿਹੜਾ, ਤਾਂ ਉੱਦਾਂ ਉਹ ਜਿਸ ਵੇਲੇ ਜਨੀਤੀ ਜਨੂਤੀ ਜਾਣਾ, ਤਾਂ ਉਹਦੇ ਬੋਲਦ ਇੱਥੇ ਵੀ ਇੱਕ ਮੰਗ ਮੇ ਲਿਆਉਣੀ, ਇੱਕ ਦੂਜੇ ਨੂੰ ਦੇ ਦੇਣੀ, ਕਹਿਣਾ ਬੋਲ ਸਾਡੀ ਜਨੀਤੀ ਜਾਣਾ, ਸਾਡੇ ਕੋਲ ਬੋਲ ਵੀ ਬਹੁਤ ਭਾਰੀ ਸੀ। ਅੱਛਾ ਜੀ। ਅਤੇ ਇੱਕ ਵਾਰੀ ਭੱਜੋ ਦੀ ਜਿਹਨੂੰ ਵਿਆਹੁਣ ਗਏ ਸੀ ਸਾਡੇ ਪਿੰਡੋਂ, ਜਨੇਤ ਗਈ ਸਾਡੇ ਗੁਆਂਢੀਆਂ ਦੀ, ਉਹਨੇ ਬੋਲਦਾਂ ਨੂੰ ਕਿਹਾ ਸੀ ਵੀ ਬੋਲ ਸਾਡੇ ਲਿਜਾਣੇ ਆ, ਤੁਸੀਂ ਸੇਵਾ ਕਰ ਲਓ ਜਿੰਨੀ ਕਰਨੀ ਆ, ਮਹੀਨਾ ਪਹਿਲਾਂ ਦੱਸ ਦੇਣਾ ਲੋਕਾਂ ਨੇ, ਫਿਰ ਬਹਿੜਿਆਂ ਨੂੰ ਘੇਰ ਦੇਣਾ ਜਿਹੜੇ ਬਹੁਤ ਦੜਾਉਣੇ, ਅਤੇ ਇੱਦਾਂ ਦੀ ਸੇਵਾ ਸੁਵਾ ਫਿਰ ਗੱਡੀਆਂ 'ਚ ਮਸ਼ਹੂਰ ਹੁੰਦੇ ਸੀ, ਅੱਗੇ ਗੱਡੀਆਂ ਹੀ ਜਾਂਦੀਆਂ ਸੀ ਵਿਆਹਾਂ 'ਤੇ, ਤਾਂ ਉਹ ਬੋਲ ਦੇ ਇੱਥੇ ਸਾਡੇ ਬੋਲ ਮਸ਼ਹੂਰ ਸੀਗੇ, ਰਹਿਮੇ ਦੇ ਬੋਲ ਵੀ ਬੜੇ ਮਸ਼ਹੂਰ ਸੀ, ਲੈ ਜਾਂਦੇ ਸਿੱਖ, ਉਹ ਇੱਕ ਦੂਜੇ ਮੰਗ ਲੈਣਾ ਬੈਣਾ, ਹੁਣ ਵਿਆਹ ਨੂੰ,
ਗਪਾੜ ਕੇ ਬੌਲ ਜੋੜ ਲੈਣੇ, ਇੱਕ ਤੇਰਾ ਚੰਗਾ ਤੇ ਇੱਕ ਮੇਰਾ ਚੰਗਾ, ਹੁਣ ਲਿਮੋਜ਼ੀਨ ਲੈ ਕੇ ਜਾਂਦੇ ਇੱਦਾਂ ਵਧੀਆ ਬੌਦ ਲੈ ਕੇ ਜਾਂਦੇ ਬਹੁਤ ਬਹੁਤ ਵਧੀਆ, ਜਿਹੜੇ ਦੇਖਦੇ ਹੋਣੇ ਜਿਹੜੇ ਬੌਦ ਆਉਣਾ ਤਾਂ ਲਾਂਭਲੇ ਪਿੰਡ ਜਿਹੜੇ ਉਹ ਜੇ ਤਾਂ ਨਹੀਂ ਬੌਦ ਦੇ ਦੇਖਣ ਨੂੰ ਲੋਕਾਂ ਨੇ ਆਇਆ ਹੋਣਾ, ਮਤਲਬ ਲਾੜੇ ਨੂੰ ਘੱਟ ਦੇਖਣਾ ਬੌਦਾਂ ਬੌਦਾਂ ਬਹੁਤ ਦੇਖਦੇ ਸੀ, ਬੌਦਾਂ ਦਾ ਸ਼ਕੀਨ ਬੌਦਾਂ ਨੂੰ ਫਿਰ ਪੇੜਾ ਹੋਣਾ, ਜਾਂਦੇ ਵੀ ਇਸ ਨੂੰ ਨਹੀਂ ਬੜਾ ਰੱਖਣਾ, ਸੇਵਾ ਬੌਦਾਂ ਦੀ ਬਹੁਤ ਸੀ, ਜਾਂਦੇ ਇੰਨਾ ਬੌਦਾਂ ਦਾ ਆਦਮ ਹੁੰਦਾ ਸੀ, ਕਮਾਲ ਹੈ ਜੀ ਬੌਲ ਤਾਂ ਕਿਤੇ ਲੋਕ ਕਿਤੇ ਬਹਿੜੇ ਜਿਹੜੇ ਪਾਲਣੇ ਸਿੱਧੇ ਕਹਿੰਦਾ ਛੋਟਾ ਬਹਿੜਾ ਚੰਗਾ ਦੇਖ ਕੇ ਲੈਣਾ, ਕਣਕਾਂ ਦੇ ਵਿੱਚ ਉੱਦਾਂ ਹੀ ਛੱਡ ਲੈਣਾ ਉਹਨੂੰ ਖੁੱਲ੍ਹਾ, ਆਪਣੇ ਖੇਤ 'ਚ ਲਿਆ ਕੇ ਛੱਡ ਲੈਣਾ, ਰੱਜੇ ਜੋ ਮਰਜ਼ੀ ਖਾਵੇ, ਬਹੁਤ ਸ਼ੌਕ ਨਾਲ ਲੋਕ ਪਾਲਦੇ, ਮਤਲਬ ਸਭ ਤੋਂ ਵਧੀਆ ਬੌਲ ਰਹਿਮੇ ਹੋਣਾ ਦੇ ਸੀ, ਰਹਿਮੇ ਦੇ ਬੌਲ ਬਹੁਤ ਵਧੀਆ ਸੀ, ਠੀਕ ਠੀਕ ਅਤੇ ਉਹ ਬੌਲ ਜਿਹੜਾ ਜਿਹੜਾ ਸੇਰੋ ਹੁਣੀ ਰੱਖਿਆ ਬੱਚਾ ਬੌਲ ਦੇਖਿਆ ਤੁਸੀਂ ਉਹ? ਹਾਂ ਜੀ ਉਹ ਤਾਂ ਸਾਰੋ ਦੇ ਕੋਲ ਅਸੀਂ ਦੇਖਿਆ, ਉਹ ਬਹੁਤ ਬੜਾ ਭਾਰਾ ਸੀ ਸਾਰੋ ਦੇ ਕੋਲ, ਜਿਹੜੇ ਤੁਹਾਡੇ ਪਿੰਡ ਦੇ ਤੇਲੀ ਸੀਗੇ, ਹਾਂਜੀ ਇਹਨਾਂ ਦਾ ਮੁੰਡਾ ਉੱਧਰ ਚਲ ਗਿਆ ਆਪ ਇੱਧਰ ਰਹਿ ਗਏ? ਮੁੰਡਾ ਸੀ ਬੀਕਾਨੇਰ 'ਚ ਪਹਿਲਾਂ ਸਾਡੇ ਪਿੰਡ ਦੇ ਗਿਆ ਸੀ, ਇਹਨਾਂ ਨੂੰ ਮੁਰੱਬੇ ਸੀਗੇ ਉੱਥੇ ਉਹਨਾਂ ਕੋਲ ਪਹਿਲਾਂ ਗਿਆ, ਉੱਥੇ ਕੰਮ ਕੁੰਮ ਕਰਦਾ ਸੀ ਰੌਲਾ ਪੈ ਗਿਆ, ਫਿਰ ਉੱਧਰ ਚਲੇ ਗਿਆ, ਅਤੇ ਜਿਹੜਾ ਸੀਗਾ ਇਹ ਤੇਲੀਆਂ ਦਾ ਘਰ ਇਹ ਤਾਂ ਇੱਥੇ ਦੋ ਤਿੰਨ ਘਰ ਸੀਗੇ, ਫਿਰ ਨਾਂ ਕੀ ਸੀਗਾ ਜੀ ਬਜ਼ੁਰਗ ਦਾ? ਉਹਦੇ ਮਿਰਖੀ ਸੀ ਉਹਦਾ ਨਾਂ, ਮਿਲਖੀ, ਜਿਹੜਾ ਉੱਧਰ ਚਲ ਗਿਆ ਮੁੰਡਾ ਉਹਦਾ ਕੀ ਨਾਂ ਸੀ? ਉਹਦਾ ਨਾਂ ਖੁਸ਼ੀਆ ਸੀ, ਘੁਲਦਾ ਸੀ ਬਹੁਤ ਵਧੀਆ, ਉਹ ਮੁੜ ਕੇ ਮਿਲਿਆ ਨਹੀਂ ਕਹਿੰਦੇ ਇਹਨਾਂ ਨੂੰ? ਉਹ ਮਿਲਿਆ ਨਹੀਂ ਮੁੜ ਕੇ, ਉੱਦਾਂ ਇੱਦਾਂ ਸੀ ਇਹ ਮਿਲ ਜਾਂਦੇ ਰਹੇ ਉੱਥੇ, ਇਹ ਮਿਲਿਆ ਆਇਆ ਮੁੰਡੇ ਨੂੰ ਦੋ ਤਿੰਨ ਵਾਰੀ, ਅਤੇ ਉਹ ਮੁੰਡੇ ਦੀਆਂ ਭੈਣਾਂ ਜਿਹੜੀਆਂ ਸੀ ਉਹ ਤਾਂ ਇੱਥੇ ਆਉਂਦੀਆਂ ਜਾਂਦੀਆਂ ਰਹੀਆਂ, ਨਹੀਂ ਪਿਓ ਇੱਧਰ ਰਹਿ ਗਿਆ, ਧੀਆਂ ਵੀ ਉੱਧਰ, ਪੁੱਤ ਵੀ ਉੱਧਰ, ਧੀਆਂ ਪਹਿਲਾਂ ਰਹਿੰਦੇ ਸੀਗੀਆਂ, ਫਿਰ ਮਿਲਟਰੀ ਆ ਕੇ ਬਹਿ ਗਈ, ਬਹਿ ਗਈ, ਇਹ ਇਹ ਨਹੀਂ ਗਿਆ? ਹਾਂ ਇਹ ਨਹੀਂ ਗਿਆ, ਇਹ ਪਹਿਲਾਂ ਤੋਂ ਇੱਧਰ ਹੁਣ ਮੁੰਡੇ ਇਹਦੇ ਹੈਗੇ ਸਾਡੇ ਕੰਮ ਕੁੰਮ ਕਰ ਰਹੇ ਆ ਜੀ ਜੀ ਜੀ, ਇੱਥੇ ਸਾਡੇ ਤਾਂ ਉਹ ਬੜੀ ਸਾਂਝ ਆ, ਇੱਕ ਮਿਲਟਰੀ ਦੇ ਵਿੱਚ ਪੈਨਸ਼ਨ ਆਇਆ, ਪੈਨਸ਼ਨ ਤਕੜੀ ਆ ਉਹਨੂੰ, ਅਤੇ ਹੁਣ ਉਹਦਾ ਐਕਸੀਡੈਂਟ ਹੋ ਗਿਆ ਸੀ ਥੋੜ੍ਹੇ ਸੁਣਿਆ, ਐਕਸੀਡੈਂਟ ਹੋਇਆ ਸੀ, ਅੱਛਾ ਅੱਛਾ, ਕਿੱਥੇ ਰਹਿੰਦੇ ਆ ਕੁਛ ਪਤਾ ਜੀ ਤੁਹਾਡੇ? ਇੱਥੇ ਆ ਬੀਬੀ ਦੀ ਪੰਡੋਰੀ ਵਾਲੇ ਕਿਹੜੇ ਚੱਕ 'ਚ ਰਹਿੰਦੇ ਆ? ਇੱਦਾਂ ਨਹੀਂ ਪਤਾ, ਨਨਕਾਣੇ ਸਾਹਿਬ ਦੇ ਕੋਲ ਆ, ਦੱਸਦੇ ਆ, ਹਾਂਜੀ, ਅਤੇ ਇਹ ਹੁਣ ਬਜ਼ੁਰਗ ਵਿੱਚ ਤੁਰ ਗਿਆ ਹੋਣਾ ਤੁਹਾਡੇ ਪਿੰਡ ਆ ਜਿਹੜਾ ਉੱਧਰ? ਹਾਂ ਉਹ ਤੁਰ ਗਿਆ, ਮੁੰਡੇ ਆ, ਮੁੰਡੇ ਆ, ਮੁੰਡਿਆਂ ਨੂੰ ਨਹੀਂ ਪਤਾ ਹੋਣਾ, ਮੁੰਡਿਆਂ ਮੁੰਡੇ ਇਕੱਠੇ ਜਾਂਦੇ ਆਉਂਦੇ ਆ, ਮੁੰਡਿਆਂ ਦੀ ਉਹ ਗੱਲ ਹੈ ਨਹੀਂ ਹੁਣ ਜਾਣਦੇ ਜੀ, ਚਲੋ 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 ਜੀ ਬਹੁਤ ਵਧੀਆ, ਚਲੋ ਜੀ ਮੈਂ ਕਿਤੇ ਫਿਰ ਵੀ ਗੇੜਾ ਮਾਰੂੰਗਾ ਕੋਈ ਨਹੀਂ ਥੋੜ੍ਹਾ ਜਿਹਾ, ਚਲੋ ਕੋਈ ਨਹੀਂ, ਅੱਜ ਲਈ ਇੰਨੀਆਂ ਗੱਲਾਂ ਕਾਫੀ ਆ, ਕਾਫੀ ਖਜ਼ਾਨਾ ਮਿਲਿਆ ਤੁਹਾਡੇ ਤੋਂ, ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਹਾਂਜੀ ਇੱਦਾਂ ਬਹੁਤ ਵਧੀਆ ਜੀ, ਬਹੁਤ ਵਧੀਆ।